ਹੈਲੋ ਗੁੱਡ ਮਾਰਨਿੰਗ ਜੈ ਮਸੀਹ ਦੀ ਪ੍ਰਭੂ ਜੀ ਤੁਹਾਨੂੰ ਬਹੁਤ ਬਰਕਤ ਦਿਨ ਅਰ ਮੈਂ ਯਕੀਨ ਕਰਦੀ ਹਾਂ ਤੁਸੀਂ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅਰ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਬਹੁਤ ਆਇਦਾ ਹੋਏਗਾ ਅਰ ਤੁਸੀਂ ਆਪਣੇ ਘਰਾਂ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਵੀ ਜ਼ਰੂਰ ਕਰ ਰਹੇ ਹੋਵੋਗੇ ਕਿਉਂਕਿ ਮੈਂ ਯਕੀਨ ਕਰਦੀ ਹਾਂ ਕਿ ਪਰਮੇਸ਼ਵਰ ਦੀ ਦਾਸੀ ਵੱਲੋਂ ਲਾਏ ਜਾ ਰਹੇ ਐਫਰਟ ਵੇਅਰth ਨਹੀਂ ਜਾ ਰਹੇ ਹੋਣਗੇ ਅਰ ਤੁਸੀਂ ਜ਼ਰੂਰ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਦੇ ਵਿੱਚ ਲੰਘਦੇ ਹੋਮੋਂਗੇ ਔਰ ਉਹਦੇ ਉੱਤੇ ਕੰਮ ਵੀ ਕਰਦੇ ਹੋਮੋਂਗੇ ਪਰ ਪਰਮੇਸ਼ਵਰ ਦੀ ਦਇਆ ਵੀ ਤੁਹਾਡੇ ਉੱਤੇ ਦਿਨੋਂ-ਦਿਨ ਵਧ ਰਹੀ ਹੋਵੇਗੀ ਇਹ ਮੈਨੂੰ ਪੂਰੀ ਆਸ ਹੈ ਪੂਰਾ ਵਿਸ਼ਵਾਸ ਆਪਣੇ ਪਰਮੇਸ਼ਵਰ ਦਿੱਤੇ ਕਿਉਂਕਿ ਪਰਮੇਸ਼ਵਰ ਦਾ ਬਚਨ ਕਦੀ ਵਿਆਰਥ ਨਹੀਂ ਜਾਂਦਾ ਹallelujah ਸੋ ਪਰਮੇਸ਼ਵਰ ਜੀ ਦਾ ਬਹੁਤ ਧੰਨਵਾਦ ਅੱਜ ਦੇ ਨਵੇਂ ਦਿਨ ਵਾਸਤੇ ਜੋ ਪਰਮੇਸ਼ਵਰ ਨੇ ਤੁਹਾਡੀਆਂ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਔਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪਰਮੇਸ਼ਵਰ ਜੀ ਦੀ ਇਹ ਇੱਛਾ ਸਦਾ ਤਿੱਕਰ ਤੁਹਾਡੇ ਉੱਤੇ ਸਾਡੇ ਉੱਤੇ ਬਣੀ ਰਹਿ ਕੇ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਬਣੇ ਰਹੀ ਅਰ ਇੱਕ ਨਵਾਂ ਦਿਨ ਹਰ ਰੋਜ਼ ਸਾਨੂੰ ਮਿਲਦਾ ਜਾਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਹਾਲੇਲੂਇਆ ਅੱਜ ਅਸੀਂ ਇੱਕ ਬਹੁਤ ਉੱਤਮ ਵਿਸ਼ੇ ਦੇ ਉੱਤੇ ਸਿੱਖਣ ਜਾ ਰਹੇ ਹਾਂ ਹਾਲਾਂਕਿ ਪਵਿੱਤਰ ਬਾਈਬਲ ਦਾ ਹਰ ਵਿਸ਼ਾ ਹੀ ਜਿਹੜਾ ਆ ਉਹ ਬਹੁਤ ਉੱਤਮ ਆ ਕੋਈ ਵੀ ਇਹੋ ਜਿਹਾ ਵਿਸ਼ਾ ਨਹੀਂ ਆ ਜਿਹੜਾ ਸਧਾਰਨ ਹੋਏ ਪਰ ਮੈਨੂੰ ਉੱਤਮ ਇਸ ਲਈ ਕਹਨੀ ਆ ਕਿਉਂਕਿ ਸੰਸਾਰ ਦੀ ਦੌੜ ਆ ਕਿਉਂ ਕੁਝ ਪ੍ਰਾਪਤ ਕਰੇ ਔਰ ਕੁਝ ਪ੍ਰਾਪਤ ਕਰਨ ਦੇ ਲਈ ਸਿਆਣੇ ਕਹਿੰਦੇ ਹੁੰਦੇ ਕੁਝ ਵੀ ਪਾਉਣ ਦੇ ਲਈ ਕੁਝ ਖੋਣਾ ਪੈਂਦਾ ਆ ਕੁਝ ਗਵਾਉਣਾ ਪੈਂਦਾ ਆ ਤਾਂ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਤਨੀਮ ਹੋਣ ਦਾ ਰਾਹ ਦੇਖਾਂਗੇ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਬਰਕਤ ਪਾਉਣ ਦਾ ਰਸਤਾ ਦੇਖਾਂਗੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਤਾਂ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਣ ਬਾਰੇ giving ਦੇ ਬਾਰੇ ਵਿੱਚ ਅਸੀਂ ਜਿਹੜਾ ਆ ਉਹ ਸਿੱਖਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਦੇ ਬਾਰੇ ਵਿੱਚ ਬੜੇ ਸ਼ੱਕ ਤੇ ਭਰਮ ਰਹਿੰਦੇ ਆ ਔਰ ਉਹਨਾਂ ਦੇ ਸ਼ੱਕ ਹੀ ਉਹਨਾਂ ਨੂੰ ਬਰਕਤ ਵਿੱਚ ਅੱਗੇ ਨਹੀਂ ਵਧਣ ਦਿੰਦੇ ਔਰ ਉਹਨਾਂ ਦੇ ਭਰਮ ਹੀ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਤੰਗ ਤੰਗੀ ਦੇ ਵਿੱਚ ਰੱਖਣ ਦਾ ਇੱਕ ਕਾਰਨ ਆ ਉਹਨਾਂ ਦੇ ਸ਼ੱਕ ਤੇ ਉਹਨਾਂ ਦਾ ਵਿਅਮ ਤੇ ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖ ਲੈਂਦੇ ਆ ਨਿਊ ਟੈਸਟਾਮੈਂਟ ਵਿੱਚੋਂ ਹੀ ਦੇਖਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਦਾਂ ਆ ਇਹ ਤਾਂ ਜੀ 올ਡ ਟੈਸਟਾਮੈਂਟ ਦਾ ਜਿਹੜਾ ਆ ਇਹ ਕੰਮ ਆ ਏ ਨਿਊ ਟੈਸਟਾਮੈਂਟ ਦੇ ਵਿੱਚ ਨਹੀਂ ਆ ਕਿ ਦੇਣੇ ਦੇ ਬਾਰੇ ਵਿੱਚ ਨਿਊ ਟੈਸਟਾਮੈਂਟ ਨਹੀਂ ਬੋਲਦਾ ਪਰ ਮੈਂ ਕਹਿੰਦੀ ਦੇਣੇ ਦੇ ਬਾਰੇ ਵਿੱਚ ਨਿਊ ਟੈਸਟਾਮੈਂਟ ਜ਼ਬਰਦਸਤ ਤਰੀਕੇ ਦੇ ਨਾਲ ਬੋਲਦਾ ਜੇ ਤੁਸੀਂ ਦੇਖੋ ਤਾਂ ਇੱਕ ਬੰਦਾ ਆਣ ਕੇ ਕਹਿੰਦਾ ਕਿ ਮੈਂ ਸਭ ਕੁਝ ਕਰਦਾ ਹਾਂ ਪਰ ਫਿਰ ਵੀ ਮੈਨੂੰ ਸ਼ਾਂਤੀ ਨਹੀਂ ਆ ਤਾਂ ਉਹਨੂੰ ਕੀ ਹੁਕਮ ਹੋਇਆ ਕਹਿੰਦਾ ਤੂੰ ਆਪਣਾ ਸਾਰਾ ਮਾਲ ਮਤਾਈ ਵੇਚ ਕੇ ਜਿਹੜਾ ਆ ਉਹ ਦੇਰੇ ਗਰੀਬਾਂ ਦੇ ਵਿੱਚ ਵੰਡ ਦੇ ਸੋ ਕਿਸੇ ਨੂੰ ਇਹ ਵੀ ਹੁਕਮ ਹੋਇਆ ਜਿਹੜੇ ਦੋ ਜਣੇ ਸੀ ਤੀਨੀ ਆਦਮੀ ਕਿ ਤੂੰ ਤੁਸੀਂ ਜਾਓ ਤੇ ਸਾਰਾ ਕੁਝ ਵੇਚ ਕੇ ਲੈ ਆਓ ਪਰ ਉਹਨਾਂ ਨੇ ਉਹਦੇ ਵਿੱਚੋਂ ਉਹਨਾਂ ਨੇ ਸਾਰਾ ਕੁਝ ਕਰ ਲਿਆ ਪਰ ਉਹਨਾਂ ਨੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਾਰਾ ਨੀਰ ਲੈ ਕੇ ਆਏ ਜਦ ਕਿ ਉਹਨਾਂ ਨੂੰ ਹੁਕਮ ਹੋਇਆ ਸੀ ਕਿ ਸਾਰਾ ਲੈ ਆਓ ਉਹ ਸਾਰਾ ਨੀਰ ਲੈ ਕੇ ਆਏ ਤੇ ਉਹਨਾਂ ਨੇ ਕੁਝ ਰੱਖ ਲਿਆ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਖਤਮ ਹੋਏ ਤਾਂ ਅਸੀਂ ਅਸੀਂ ਦੇਖਦੇ ਆ ਕਿ ਨਿਊ ਟੈਸਟਾਮੈਂਟ ਦੇ ਵਿੱਚ ਵੀ ਗਿਵਿੰਗ ਦੀ ਬਹੁਤ ਵੱਡੀ ਅਹਿਮੀਅਤ ਆ ਬਹੁਤ ਵੱਡਾ ਰੋਲ ਆ ਕਿਉਂਕਿ ਗਿਵਿੰਗ ਇਜ਼ ਦਾ ਵੇ ਟੂ ਓਪਨ ਦਾ ਡੋਰ ਆਫ ਬਲੇਸਿੰਗਸ ਜਿਹੜਾ ਦੇਣਾ ਆ ਇਹ ਉਹ ਰਾਹ ਆ ਜਿਹੜਾ ਬਰਕਤਾਂ ਦੇ ਬੂਹਿਆਂ ਨੂੰ ਖੋਲ ਦਿੰਦਾ ਆ ਸੋ ਕਮਨ 让我们 ਰੀਡ ਦ ਬਾਈਬਲ ਆਪਾਂ ਦੇਖਦੇ ਆ ਆਓ ਪੜੀਏ ਬਾਈਬਲ ਦੇ ਵਿੱਚੋਂ ਦੂਜਾ ਗ੍ਰੰਥੀ ਆ ਉਹਦਾ 9 ਨੰਬਰ ਅਧਿਆਇ ਤੇ ਆਪਾਂ ਉਹਦਾ 5 ਨੰਬਰ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਤੇ 12 ਤੱਕ ਆਪਾਂ ਜ਼ਰੂਰ ਪੜ੍ਹਾਂਗੇ ਆਪਾਂ ਦੇਖਦੇ ਆ ਇੱਥੇ ਲਿਖਿਆ ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕਰਨੀ ਉਚਿਤ ਸਮਝੀ ਜੋ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਤੁਹਾਡੇ ਉਸ দান ਨੂੰ ਜਿਹਦਾ ਅੱਗੋਂ ਹੀ ਤੁਸੀਂ ਵਚਨ ਦਿੱਤਾ ਹੋਇਆ ਹੈ ਅਗੇਤਾ ਹੀ ਤਿਆਰ ਕਰ ਰੱਖਣਾ ਭਈ ਉਹ ਖੁੱਲ੍ਹ ਦਲੀ ਦੇ দান ਵਰਗਾ ਤਿਆਰ ਰਹੇ ਨਾ ਵੱਧੋਗਿਰੀ ਦੇ দান ਵਰਗਾ ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਉਹ ਘੱਟ ਵੱਡੇਗਾ ਅਤੇ ਜਿਹੜਾ ਖੁੱਲ੍ਹ ਦਿਲ ਨਾਲ ਬੀਜਦਾ ਖੁੱਲੇ ਦਿਲ ਨਾਲ ਬੀਜਦਾ ਉਹ ਖੁੱਲੇ ਦਿਲ ਨਾਲ ਵੱਡੇਗਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਰੰਜਨ ਨਾਲ ਅਥਵਾ ਲਾਚਾਰੀ ਨਾਲ ਨਹੀਂ ਕਿਉਂਕਿ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਜਿਵੇਂ ਲਿਖਿਆ ਹੋਇਆ ਹੈ ਉਹਨਾਂ ਨੇ ਖਿੰਡਾਇਆ ਕੰਗਾਲਾਂ ਨੂੰ ਦਿੱਤਾ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ ਹੈ ਅਤੇ ਜਿਹੜਾ ਬੀਜਣ ਵਾਲੇ ਨੂੰ ਬੀਰ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਅਤੇ ਉਹਦਾ ਵਾਅਦਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ ਜੋ ਤੁਸੀਂ ਸਭਨਾ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ ਕਿਉਂਕਿ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਥੂੜਾਂ ਨੂੰ ਪੂਰਿਆ ਕਰਦਾ ਸਗੋਂ ਪਰਮੇਸ਼ਵਰ ਦੇਆਂ ਬਹੁਤਿਆਂ ਧੰਨਵਾਦਾਂ ਦੇ ਰਾਹੀਂ ਵਾਅਦਾ ਵੀ ਜਾਂਦਾ ਹੈ ਹਾਲੇਲੂਇਆ ਸੋ ਆਪਾ ਪਵਿੱਤਰ ਬਾਈਬਲ ਦੇ ਵਿੱਚੋਂ ਹੀ ਦੇਖਿਆ ਹੈ ਕਿਉਂਕਿ ਜਿਹੜੀ ਕੁਰੰਥੀਨਾ ਦੀ ਕਿਤਾਬ ਹੈ ਬਾਈਬਲ ਦੇ ਵਿੱਚ ਹੀ ਦਰਜ ਹੈ ਔਰ ਜੋ ਪੜਿਆ ਗਿਆ ਹੈ ਪਵਿੱਤਰ ਬਾਈਬਲ ਦੇ ਵਿੱਚੋਂ ਹੀ ਪੜਿਆ ਗਿਆ ਔਰ ਖਾਸ ਕਰਕੇ ਨਿਊ ਟੈਸਟਾਮੈਂਟ ਦੇ ਵਿੱਚੋਂ ਪੜਿਆ ਗਿਆ ਹੈ ਤਾਂ ਇੱਥੇ ਆਪਾਂ ਅੱਜ ਦੇਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਚੇਲਾ ਜਿਹੜਾ ਪਰਮੇਸ਼ਰ ਦੇ ਨਾਲ ਰਿਹਾ ਉਹ ਕਹਿੰਦਾ ਕਿ ਜਿਨ੍ਹਾਂ ਨੂੰ ਮੈਂ ਭੇਜਣਾ ਹੈ ਤੁਹਾਡੇ ਕੋਲੇ ਦਾਨ ਇਕੱਠਾ ਕਰਨ ਵਾਸਤੇ ਜਾਂ ਜਦੋਂ ਅਸੀਂ ਆਉਣਾ ਹੈ ਤੁਹਾਡੇ ਕੋਲ ਦਾਨ ਇਕੱਠਾ ਕਰਨ ਵਾਸਤੇ ਤਾਂ ਕਹਿੰਦਾ ਤੁਸੀਂ ਪਹਿਲਾਂ ਹੀ ਸਾਰਾ ਜਿਹੜਾ ਆ ਉਹ ਰੈਡੀ ਕਰ ਰੱਖਿਓ ਸਾਫ਼ ਲਿਖਿਆ ਆ ਕਹਿੰਦਾ ਮੈਂ ਇਹ ਬੇਨਤੀ ਕਰਨੀ ਤੁਹਾਡੇ ਉੱਤੇ ਉਚਿਤ ਸਮਝੀ ਆ ਮੈਂ ਤੁਹਾਡੀ ਰਿਕੁਐਸਟ ਕਰਨੀ ਕਹਿੰਦਾ ਮੈਨੂੰ ਲੱਗਾ ਕਿ ਸਹੀ ਆ ਕਿ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਉਹ ਸਦਾਨ ਨੂੰ ਜਿਹੜਾ ਤੁਹਾਨੂੰ ਵਚਨ ਦਿੱਤਾ ਹੋਇਆ ਆ ਉਹ ਪਹਿਲਾਂ ਹੀ ਤੁਸੀਂ ਜਿਹੜਾ ਆ ਅਗੇਤਾ ਹੀ ਤਿਆਰ ਕਰ ਰੱਖਣਾ ਭਈ ਉਹ ਖੁੱਲ੍ਹ ਦਲੀ ਦੇ ਦਾਨ ਵਰਗਾ ਕਹਿੰਦਾ ਖੁੱਲ੍ਹ ਦਲੀ ਦੇ ਦਾਨ ਵਰਗਾ ਹੋਵੇ ਸੂਮਪੁਣੇ ਨਾਲ ਨਾ ਹੋਵੇ ਕੰਜੂਸੀ ਦੇ ਨਾਲ ਨਾ ਹੋਵੇ ਖੁੱਲੇ ਦਿਲ ਨਾਲ ਹੋਵੇ ਖੁਸ਼ੀ ਦੇ ਨਾਲ ਹੋਵੇ ਅਰੇ ਕਿੰਦਾ ਬੱਦੋ ਗਰੀ ਦੇ দান ਵਰਗਾ ਨਾ ਹੋਏ ਸੋ ਲਿਖਿਆ ਆ ਸਾਫ਼ ਲਿਖਿਆ ਆ ਖੁੱਲ੍ਹ ਦਿਲੀ ਦੇ দান ਵਰਗਾ ਤਿਆਰ ਰਹੇ ਨਾ ਬੱਦੋ ਗਰੀ ਦੇ দান ਵਰਗਾ ਬਦੋਗਰੀ ਤਾਂ ਮਤਲਬ ਕਿ ਦਿਲ ਨਹੀਂ ਕਰਦਾ ਇਹ ਤਾਂ ਸਾਨੂੰ ਦੇਣਾ ਹੀ ਪੈਣਾ ਆ ਇਹ ਤਾਂ ਸਾਡੀ ਮਜਬੂਰੀ ਆ ਕੀ ਕਰੀਏ ਜੇ ਦਸਵੰਦ ਨਾ ਕੱਢਿਆ ਤਾਂ ਪਰਮੇਸ਼ਵਰ ਦਾ ਸਾਡੇ ਉੱਤੇ ਕਰਸ ਆ ਜਾਊਗਾ ਇਹ ਇਸ ਕਰਕੇ ਸਾਨੂੰ ਕਰਨਾ ਪੈਣਾ ਨਹੀਂ ਤਾਂ ਦਸਵੰਦੇ ਕੱਢੇ ਬਿਨਾ ਸਾਡਾ ਸਰਦਾ ਤੇ ਨਹੀਂ ਆ ਸਾਡਾ ਤਾਂ ਇੱਕ ਇੱਕ ਰੁਪਈਆ ਜਿਹੜਾ ਆ ਉਹ ਮਸੀ ਸਾਡਾ ਗੁਜ਼ਾਰਾ ਹੁੰਦਾ ਆ ਤਾਂ ਅਸੀਂ ਕਈ ਤਰ੍ਹਾਂ ਦੇ ਥਾਟਸ ਹੁੰਦੇ ਆ ਸਾਡੇ ਮਨ ਦੇ ਅੰਦਰ ਔਰ ਉਹਨਾਂ ਉਹਨਾਂ 네ਗੇਟਿਵ ਥਾਟਸ ਤੇ ਚੱਲਦੇ ਆਂ ਹੀ ਅਸੀਂ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਹ 네ਗੇਟਿਵ ਥਾਟਸ ਦੇ ਸਮੇਤ ਹੀ ਅਸੀਂ ਜਦੋਂ ਆਪਣਾ ਬੀਜ ਪਾਉਂਦੇ ਆਂ ਅਸੀਂ ਆਫਰਿੰਗ ਦਿੰਨੇ ਆਂ ਪਰਮੇਸ਼ਵਰ ਦੇ ਘਰ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਤਾਂ ਉਹ ਉਹ ਕੀ ਹੈ ਵੱਧੋਗਰੀ ਦਾ ਦਾਨ ਹੁੰਦਾ ਕਿ ਤੁਸੀਂ ਕਰਨਾ ਨਹੀਂ ਚਾਹੁੰਦੇ ਪਰ ਤੁਸੀਂ ਕਿਸੇ ਚੀਜ਼ ਤੋਂ ਕਿਸੇ ਸਜ਼ਾ ਤੋਂ ਡਰਦੇ ਹੋਇਆ ਕਰ ਰਹੇ ਆਂ ਜਾਂ ਤੁਹਾਡੀ ਕੋਈ ਮਜਬੂਰੀ ਹੈ ਜਿਹਦਾ ਕਰਕੇ ਤੁਸੀਂ ਕਰ ਰਹੇ ਪਰ ਤੁਸੀਂ ਕਰਨਾ ਨਹੀਂ ਚਾਹੁੰਦੇ ਤਾਂ ਵਚਨ ਦੇ ਵਿੱਚ ਲਿਖਿਆ ਬਦੋ ਗਰੀ ਦੇ দান ਵਰਗਾ ਨਾ ਹੋਏ ਪਰ ਕਹਿੰਦਾ ਖੁੱਲ੍ਹ ਦਲੀ ਦੇ দান ਵਰਗਾ ਹੋਏ ਕਿ ਹਾਂ ਕੋਈ ਗੱਲ ਨਹੀਂ ਪਰਮੇਸ਼ਵਰ ਨੇ ਦਿੱਤਾ ਮੈਂ ਤਾਂ ਪਰਮੇਸ਼ਵਰ ਦੇ ਦਿੱਤੇ ਦੇ ਵਿੱਚੋਂ ਦੇ ਰਿਹਾ ਹਾਂ ਮੈਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਮੈਂ ਦੇਵਾਂਗਾ ਮੈਂ ਖੁਸ਼ੀ ਦੇ ਨਾਲ ਦੇਵਾਂਗਾ ਕਿਉਂਕਿ ਮੈਂ ਪਰਮੇਸ਼ਵਰ ਦੇ ਘਰ ਵਿੱਚ ਦੇ ਰਿਹਾ ਪਰਮੇਸ਼ਵਰ ਦੇ ਕੰਮਾਂ ਦੇ ਲਈ ਦੇ ਰਿਹਾ ਤਾਂ ਵਚਨ ਕਹਿੰਦਾ ਆ ਸਾਫ਼ ਵਚਨ ਕਹਿੰਦਾ ਇਹ ਤੁਹਾਨੂੰ ਗੁਰਸ਼ਰਨ ਨਹੀਂ ਕਹਿ ਰਹੀ ਤੁਹਾਨੂੰ ਕੋਈ ਮਨੁੱਖ ਨਹੀਂ ਕਹਿ ਰਿਹਾ ਪਰ ਖੁਦ ਪਰਮੇਸ਼ਵਰ ਦੀ ਬਾਣੀ ਤੁਹਾਡੇ ਨਾਲ ਗੱਲ ਕਰ ਰਹੀ ਆ ਨਿਊ ਟੈਸਟਾਮੈਂਟ ਦੇ ਰਹੀ ਮੈਂ ਬਾਰ ਬਾਰ ਕਹਿੰਦੀ ਨਿਊ ਟੈਸਟਾਮੈਂਟ ਦੇ ਰਹੀ ਪਰਮੇਸ਼ਵਰ ਦੀ ਬਾਣੀ ਤੁਹਾਡੇ ਨਾਲ ਗੱਲ ਕਰ ਰਹੀ ਆ ਔਰ ਕਹਿੰਦਾ ਗੱਲ ਪਰ ਗੱਲ ਇਹ ਆ ਵੀ ਜਿਹੜਾ ਘਟ ਬੀਜਦਾ ਉਹ ਘਟ ਵੱਡੇਗਾ ਜਿਹੜਾ ਖੁੱਲੇ ਦਿਲ ਨਾਲ ਬੀਜਦਾ ਉਹ ਖੁੱਲੇ ਦਿਲ ਨਾਲ ਵੱਡੇਗਾ ਸਿੰਪਲ ਆ ਜੇ ਤੁਸੀਂ ਇੱਕ ਹੀ ਕਿਹਾਰਾ ਬੀਜੋਗੇ ਤਾਂ ਕਿੱਦਾਂ ਤੁਸੀਂ ਪੂਰੇ ਖੇਤ ਦੇ ਵਿੱਚੋਂ ਵੱਢ ਸਕਦੇ ਆ ਅਗਰ ਤੁਸੀਂ ਚਾਹੁੰਦੇ ਤੁਸੀਂ ਪੂਰੇ ਖੇਤ ਦੇ ਵਿੱਚੋਂ ਵੱਢੋ ਤਾਂ ਪੂਰੇ ਖੇਤ ਦੇ ਵਿੱਚ ਛੱਟਾ ਦੇ ਦਿਓ ਅਗਰ ਤੁਸੀਂ ਇੱਕ ਖਿਆਰੇ ਦੇ ਵਿੱਚ ਛੱਟਾ ਦਿੱਤਾ ਤਾਂ ਇੱਕ ਹੀ ਖਿਆਰੇ ਚੋਂ ਵੱਡੋਂਗੇ ਸੋ ਜੇ ਤੁਸੀਂ ਇੱਕ ਖੇਤ ਬੀਜਿਆ ਤਾਂ ਤੁਸੀਂ ਇੱਕ ਖੇਤ ਦੇ ਵਿੱਚੋਂ ਵੱਢਣ ਦੇ ਹੱਕਦਾਰ ਆ ਜੇ ਤੁਸੀਂ ਚਾਰਾਂ ਖੇਤਾਂ ਦੇ ਵਿੱਚ ਬੀਜਿਆ ਤਾਂ ਤੁਸੀਂ ਚਾਰਾਂ ਖੇਤਾਂ ਦੇ ਵਿੱਚੋਂ ਵੱਢੋਂਗੇ ਸੋ ਜੇ ਅਕੋਰਡਿੰਗਲੀ ਤੁਸੀਂ ਬੀਜ ਪਾਇਆ ਉਸੇ ਅਕੋਰਡਿੰਗਲੀ ਫਸਲ ਆਏਗੀ ਉਸੇ ਅਨੁਸਾਰ ਫਸਲ ਹੋਵੇਗੀ ਤਾਂ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਵੀ ਤੁਸੀਂ ਉਸ ਜਿੰਨਾ ਤੁਸੀਂ ਬੀਜਿਆ ਉਹਦੇ ਅਨੁਸਾਰ ਹੀ ਤੁਸੀਂ ਜਿਹੜਾ ਆ ਵੱਢੋਂਗੇ ਸੋ ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿਦਾਂ ਬੀਜਦੇ ਆ ਔਰ ਕਿੰਨਾ ਤੁਸੀਂ ਵੱਡਣਾ ਚਾਹੁੰਦੇ ਆ ਕਹਿੰਦਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਜਿੱਦਾਂ ਤੁਸੀਂ ਦਿਲ ਵਿੱਚ ਧਾਰਿਆ ਉਦਾਂ ਹੀ ਕਰਿਓ ਜੇ ਤੁਸੀਂ ਧਾਰਿਆ ਕਿ ਮੈਂ ਭਾਵੇਂ ਮੇਰੇ ਕੋਲੇ ਲੱਖ ਰੁਪਏ ਆ ਮੈਂ 10 ਰੁਪਏ ਹੀ ਦੇਣੇ ਫਿਰ ਤੁਸੀਂ 10 ਹੀ ਦਿਓ ਕਿਉਂਕਿ ਜੇ ਤੁਸੀਂ ਲੱਖਾਂ ਦੇ ਵਿੱਚੋਂ 10000 ਦੋਵੋਗੇ ਪਰ ਬਦੋਗਰੀ ਦੇ ਨਾਲ ਦੋਵੋਗੇ ਹੋ ਸਕਦਾ ਤੁਹਾਨੂੰ 10 ਰੁਪਿਆਂ ਦੀ ਬਰਕਤ ਵੀ ਨਾ ਆਵੇ ਤੁਹਾਡੇ ਹੱਥ ਨਿਰਾਸ਼ਾ ਲੱਗੇ ਕਿ ਮੈਂ ਤਾਂ ਜੀ ਲੱਖ ਦਾ ਦਸਵੰਦ ਕੱਢ ਕੇ 10000 ਦੇ ਦਿੱਤਾ ਪਰ ਮੈਨੂੰ ਤਾਂ ਕੋਈ ਬਰਕਤ ਨਹੀਂ ਮਿਲੀ ਕਿਉਂਕਿ ਤੁਸੀਂ ਬਦੋਗਿਰੀ ਦੇ ਨਾਲ ਦਿੱਤਾ ਇਸ ਲਈ ਬਦੋਗਿਰੀ ਵਾਲਾ ਤੇ ਉਹਦੇ ਸਾਹਮਣੇ ਕਬੂਲ ਹੀ ਨਹੀਂ ਹੋਇਆ ਪੇਟਾ ਸਵੀਕਾਰ ਹੀ ਨਹੀਂ ਹੋਈ ਤੇ ਉਹਦਾ ਉਹਦੀ ਬlesing ਕਿੱਦਾਂ ਆਊਗੀ ਤੁਹਾਡੇ ਉੱਤੇ ਇਸ ਲਈ ਜੋ ਤੁਸੀਂ ਮਨ ਵਿੱਚ ਧਾਰਿਆ ਅਗਰ ਕਿਸੇ ਨੇ ਧਾਰਿਆ ਕਿ ਮੈਂ 10 ਰੁਪਏ ਦੇਣੇ ਆ ਤਾਂ ਖੁਸ਼ੀ ਦੇ ਨਾਲ 10 ਹੀ ਦਿਓ ਅਗਰ ਤੁਸੀਂ ਧਾਰਿਆ ਕਿ ਮੈਂ ਲੱਖ ਰੁਪਈਆ ਦੇਣਾ ਤਾਂ ਅਗਰ ਉਹ ਖੁਸ਼ੀ ਦੇ ਨਾਲ ਤੁਸੀਂ ਆਪਣੇ ਮਨ ਵਿੱਚ ਲਿਆ ਆ ਤਦ ਉਸੇ ਖੁਸ਼ੀ ਦੇ ਨਾਲ ਲੱਖ ਰੁਪਏ ਦਿਓ ਭਾਵੇਂ ਤੁਸੀਂ ਕਰੋੜਾ ਦਿਓ ਪਰਮੇਸ਼ਰ ਤੁਹਾਨੂੰ ਕਰੋੜਾਂ ਦੇ ਮਾਲਕ ਬਣਾਵੇ ਅਰੇ ਇਸ ਲਈ ਵਚਨ ਦੇ ਵਿੱਚ ਲਿਖਿਆ ਜਿੱਦਾਂ ਤੁਸੀਂ ਆਪਣੇ ਮਨ ਵਿੱਚ ਧਾਰਿਆ ਉਦਾਂ ਹੀ ਕਰਿਓ ਬਦੋਗਰੀ ਦੇ ਨਾਲ ਕੁਛ ਨਾ ਕਰਿਓ ਸੋ ਬਹੁਤ سارے ਲੋਕਾਂ ਨੂੰ ਆ ਕਿਉਂ ਕਹਿੰਦੇ ਜੀ ਜਦੋਂ ਇਹ ਲੇਵੀਆ ਦਾ ਜਿਹੜਾ ਸੀ ਅਧਿਕਾਰ ਸੀਗਾ ਕਿਉਂਕਿ ਲੇਵੀਆ ਦੇ ਜਿਹੜੇ ਲੇਵੀਆਲ ਦੇ ਘਰਾਣੇ ਦੇ ਸੀਗੇ ਉਹਨਾਂ ਦੇ ਕੋਲੇ ਉਹ ਕੋਈ ਜਿੰਸ ਨਹੀਂ ਬੀਜਦੇ ਸੀ ਕੋਈ ਖੇਤ ਨਹੀਂ ਸੀ ਉਹਨਾਂ ਦੇ ਕੋਲੇ ਉਹਨਾਂ ਨੇ ਕੋਈ ਵੀ ਸੰਸਾਰਕ ਪ੍ਰਾਪਰਟੀ ਨਹੀਂ ਰੱਖੀ ਸੀ ਤੇ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਸੇਵਾ ਕਰਦੇ ਸੀ ਇਸ ਲਈ ਉਹ ਉਹਨਾਂ ਦੇ ਜਿਹੜੇ ਬਾਕੀ ਦੇ ਕੁਲਾਂ ਦੇ ਸੀਗੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਦਸਵੰਦ ਦੇ ਵਿੱਚੋਂ ਇਹਨਾਂ ਨੂੰ ਬles ਕਰੋ ਤਾਂ ਜੋ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਐਗਜੈਕਟਲੀ ਇਦਾਂ ਹੀ ਸੀਗਾ ਪਰ ਉਹ ਕਹਿੰਦੇ ਜੀ ਹੁਣ ਤਾਂ ਨਿਊ ਟੈਸਟਾਮੈਂਟ ਦੇ ਵਿੱਚ ਕੋਈ ਵੀ ਲੇਵੀ ਦੇ ਘਰਾਣੇ ਦੇ ਵਿੱਚੋਂ ਨਹੀਂ ਆ ਤਾਂ ਫੇਰ ਹੁਣ ਕਿੱਦਾਂ ਹੋਣੀ ਚਾਹੀਦੀ ਆ ਕਿ ਅਗਰ ਲੇਵੀ ਦੇਖਰਾਣੇ ਦੇ ਵਿੱਚੋਂ ਨਹੀਂ ਆ ਤਾਂ ਫਿਰ ਪਰਮੇਸ਼ਵਰ ਦੀ ਖਿਦਮਤ ਕਰਨੀ ਬੰਦ ਕਰ ਦਈਏ ਪਰ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਖਿਦਮਤ ਕਰਨ ਦੇ ਲਈ ਖੜੇ ਕੀਤਾ ਆ ਉਹ ਤੱਕ ਪਰਮੇਸ਼ਵਰ ਦੀ ਖਿਦਮਤ ਕਰਨਗੇ ਤਾਂ ਜਿਹੜੇ ਵਚਨ ਦੇ ਵਿੱਚ ਲਿਖਿਆ ਜਿਹੜਾ ਫੌਜ ਦੀ ਨੌਕਰੀ ਕਰਦਾ ਹੈ ਉਹ ਘਰੋਂ ਤੇ ਨਹੀਂ ਖਾਂਦਾ ਕਹਿੰਦਾ ਘਰੋਂ ਖਾ ਕੇ ਕੌਣ ਫੌਜਦਾਰੀ ਕਰਦਾ ਹੈ ਕੌਣ ਫੌਜ ਦੀ ਨੌਕਰੀ ਕਰਦਾ ਹੈ ਤਾਂ ਉਹ ਪਰਮੇਸ਼ਵਰ ਦੇ ਘਰ ਦੇ ਵਿੱਚੋਂ ਖਾਂਦੇ ਆ ਅਰੇ ਮੈਂ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਕੁਝ ਐਕਸਪਲੇਨ ਨਹੀਂ ਕਰਨਾ ਚਾਹੁੰਦੀ ਸਮਝਾਰ ਦੇ ਲਈ ਇਸ਼ਾਰਾ ਕਾਫੀ ਹੁੰਦਾ ਹੈ ਪਰ ਹਾਂ ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿਣ ਵਾਲੇ ਇਦਾਂ ਨਹੀਂ ਕਿ ਉਹ ਲਾਲਚੀ ਹੋਣ ਘਮੰਡੀ ਹੋਣ ਪਰ ਬੇਸ਼ੱਕ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਇਹ ਸੋਚ ਕੇ ਦਿੰਦੇ ਆ ਕਿ ਅਸੀਂ ਅਸੀਂ ਨਹੀਂ ਪਰਮੇਸ਼ਵਰ ਦੇ ਘਰ ਵਿੱਚ ਦੇਣਾ ਕਿਉਂਕਿ ਇੱਥੇ ਤਾਂ ਜਿਹੜੇ ਲੋਕ ਸੇਵਾ ਕਰਦੇ ਉਹ ਖਾ ਜਾਣਗੇ ਦੇਖੋ ਤੁਹਾਡਾ ਕੰਮ ਦੇਣਾ ਆ ਅਗਰ ਉਹ ਲੋਕ ਜਿਹੜੇ ਉੱਥੇ ਸੇਵਾ ਕਰਦੇ ਹੋ ਪਰਮੇਸ਼ਵਰ ਦੇ ਨਾਲ ਵਫਾਦਾਰੀ ਵਿੱਚ ਨਹੀਂ ਚੱਲਣਗੇ ਤਾਂ ਪਰਮੇਸ਼ਵਰ ਦਾ ਸਰਾਪ ਉਨ੍ਹਾਂ ਉੱਤੇ ਆਊਗਾ ਤੁਸੀਂ ਇਸ ਗੱਲ ਦੀ ਚਿੰਤਾ ਕਿਉਂ ਕਰਦੇ ਆਂ ਅਗਰ ਉਹ ਗੈਰ ਜ਼ਿੰਮੇਵਾਰ ਹੋਣਗੇ ਪਰਮੇਸ਼ਵਰ ਉਨ੍ਹਾਂ ਨੂੰ ਪਨਿਸ਼ ਕਰਨਗੇ ਪਰਮੇਸ਼ਵਰ ਉਨ੍ਹਾਂ ਤੋਂ ਲੇਖਾ ਲੈਣਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਆਮ ਲੋਕਾਂ ਦੇ ਨਾਲੋਂ ਸਧਾਰਨ ਵਿਸ਼ਵਾਸੀਆਂ ਦੇ ਨਾਲੋਂ ਵਚਨ ਦੇ ਸਿਖਾਉਣ ਵਾਲਿਆਂ ਦਾ ਜਿਹੜਾ ਹਿਸਾਬ ਆ ਉਹ ਕਰੜਾ ਹੋਣਾ ਆ ਉਨ੍ਹਾਂ ਦਾ ਸ਼ਕਤੀ ਦੇ ਨਾਲ ਲੇਖਾ ਲਿਆ ਜਾਣਾ ਤਾਂ ਅਗਰ ਜੋ ਚੀਜ਼ਾਂ ਪਰਮੇਸ਼ਵਰ ਦੇ ਘਰ ਦੀਆਂ ਆ ਅਗਰ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨ ਵਾਲੇ ਉਹਨਾਂ ਨੂੰ ਮਿਸਯੂਜ਼ ਕਰਨਗੇ ਜਾਂ ਉਹ ਉਹਨਾਂ ਨੂੰ ਹੜੱਪਣਗੇ ਪਰਮੇਸ਼ਵਰ ਦਾ ਪਰਮੇਸ਼ਵਰ ਨੂੰ ਨਾਂ ਦੇ ਕੇ ਪਰਮੇਸ਼ਵਰ ਦੀਆਂ ਚੀਜ਼ਾਂ ਦੇ ਉੱਤੇ ਵੀ ਅਗਰ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪਰਮੇਸ਼ਵਰ ਜਾਣੇ ਤਾਂ ਉਹ ਜਾਣੇ ਜਿਹੜਾ ਗਲਤ ਕਰ ਰਿਹਾ ਆ ਤੁਸੀਂ ਉਹਦੇ ਵਿੱਚ ਇੰਨੇ ਜ਼ਿੰਮੇਵਾਰ ਕਿਉਂ ਬਣ ਰਹੇ ਹੋ ਤੁਹਾਡਾ ਕੰਮ ਆ ਕਿ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਖੁੱਲ੍ਹੇ ਦਿਲੀ ਦੇ ਨਾਲ ਦੇਣਾ ਚਾਹੀਦਾ ਆ ਤੁਹਾਡਾ ਕੰਮ ਇਹ ਹੈ ਕਿ ਤੁਸੀਂ ਆਪਣਾ ਫਰਜ਼ ਪੂਰਾ ਕਰੋ ਜਿਹੜਾ ਗੈਰ ਜ਼ਿੰਮੇਵਾਰ ਆ ਉਹ ਆਪਣੇ ਉੱਤੇ ਡੰਨ ਲਾਉਂਦਾ ਆ ਉਹ ਆਪਣੇ ਉੱਤੇ ਸਜ਼ਾ ਨੂੰ ਜਿਹੜਾ ਆ ਉਹ ਲੈ ਲੈਂਦਾ ਆ ਇਸ ਲਈ ਤੁਸੀਂ ਇਸ ਚੀਜ਼ ਦਾ ਫਿਕਰ ਨਾ ਕਰੋ ਕਿ ਉਹ ਉਹ ਕੀ ਹੋਊਗਾ ਪਰ ਪਰਮੇਸ਼ਵਰ ਉਹਨਾਂ ਤੋਂ ਜ਼ਰੂਰ ਲੇਖਾ ਲੈਣਗੇ ਕਿਉਂਕਿ ਪਰਮੇਸ਼ਵਰ ਕੋ ਨਿਆਂਈ ਨਹੀਂ ਆ ਪਰ ਨਿਆਂਈ ਆ ਸਾਡਾ ਪਰਮੇਸ਼ਵਰ ਨਿਆਂ ਕਰਨ ਵਾਲਾ ਪਰਮੇਸ਼ਵਰ ਆ ਇਸ ਲਈ ਜੇ ਅਪ ਵਚਨ ਦੇ ਵਿੱਚ ਜਾਈਏ ਤਾਂ ਤੁਸੀਂ ਦੇਖੋ ਵਚਨ ਦੇ ਵਿੱਚ ਇਹ ਵੀ ਲਿਖਿਆ ਆ ਕਿ ਤੁਸੀਂ ਸੰਤਾਂ ਦੀਆਂ ਜ਼ਰੂਰਤਾਂ ਦੇ ਜਿਹੜੇ ਆ ਉਹ ਉਹ ਉਹਦੇ ਵਿੱਚ ਇਨਵੋਲਵ ਹੋਵੋ ਉਹਨਾਂ ਦੀਆਂ ਜ਼ਰੂਰਤਾਂ ਦੇ ਵਿੱਚ ਉਹਨਾਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਹਿੱਸਾ ਪਾਓ ਹੱਥ ਪਾਓ ਇਹ ਅਰੇ ਵੀ ਨਿਊ ਟੈਸਟਾਮੈਂਟ ਦੇ ਵਿੱਚ ਲਿਖਿਆ ਆ ਸਾਂਝੀ ਹੋਵੋ ਲਿਖਿਆ ਸੰਤਾਂ ਦੀਆਂ ਜ਼ਰੂਰਤਾਂ ਦੇ ਸਾਂਝੀ ਹੋਵੋ ਤਾਂ ਮੇਰੇ ਮੈਨੂੰ ਲੱਗਦਾ ਨਹੀਂ ਕਿ ਕਦੀ ਕਲੀਸਿਆ ਆਣ ਕੇ ਬਹੁਤ ਹੀ ਬਹੁਤ ਥੋੜੇ ਲੋਕ ਆ ਜਿਹੜੇ ਕਦੀ ਆਣ ਕੇ ਆਪਣੇ ਜਿਹੜੇ ਉਹਨਾਂ ਨੂੰ ਸਿਖਾਉਂਦੇ ਆ ਜਿਹੜੇ ਚਰਚ ਦੇ ਐਲਡਰਜ਼ ਆ ਜਾਂ ਜਿਹੜੇ ਪਰਮੇਸ਼ਵਰ ਦੇ ਥਾਪੇ ਹੋਏ ਸੰਤ ਸੇਵਕ ਆ ਉਹਨਾਂ ਨੂੰ ਆਣ ਕਿਉਂ ਕਦੀ ਪੁੱਛਣ ਕਿ ਤੁਸੀਂ ਤੁਹਾਨੂੰ ਕੋਈ ਜ਼ਰੂਰਤ ਅਸੀਂ ਤੁਹਾਡੀ ਹੈਲਪ ਕਰੀਏ ਜਾਂ ਉਹ ਨਿੱਜੀ ਤੌਰ ਤੇ ਦੇਖ ਕੇ ਉਹਨਾਂ ਨੂੰ ਬles ਕਰਨ ਦੀ ਕੋਸ਼ਿਸ਼ ਕਰਨ ਮੈਨੂੰ ਮੈਨੂੰ ਨਹੀਂ ਯਾਦਦਾ ਕਿ ਕੋਈ ਇਦਾਂ ਪਰ ਬਹੁਤ ਸਾਰੇ ਲੋਕ ਜਿਹੜੇ ਬੜੀ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀ ਉਹ ਨਿਰਾਸ਼ਾ ਦੇ ਨਾਲ ਬੈਠ ਗਏ ਕਿਉਂਕਿ ਉਹਨਾਂ ਦੀਆਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰੈਗੂਲਰ ਲਾਈਫ ਨੂੰ ਜਿਹੜਾ ਆ ਉਹ ਕੰਟੀਨਿਊ ਰੱਖਦੀਆਂ ਆ ਉਹ ਨਹੀਂ ਸਹੀ ਗਈਆਂ ਇਸ ਕਰਕੇ ਉਹ ਡੀਮੋਟਿਵ ਹੋ ਗਏ ਉਹ ਉਨਿਰਾਸ਼ ਹੋ ਗਏ ਤੇ ਉਹ ਉਹਨਾਂ ਨੇ ਪਰਮੇਸ਼ਵਰ ਦੀ ਸੇਵਕਾਈ ਕਰਨੀ ਬੰਦ ਕਰ ਦਿੱਤੀ ਕਿਉਂਕਿ ਵਿਸ਼ਵਾਸੀ ਅਗਰ ਵਿਸ਼ਵਾਸ ਹੀ ਨਾ ਕਰੇ ਪਰਮੇਸ਼ਵਰ ਦੇ ਬਚਨ ਦੇ ਉੱਤੇ ਤਾਂ ਸਿਖਾਉਣ ਵਾਲਾ ਫਿਰ ਕੀ ਕਰੂਗਾ ਪਰ ਸਿਖਾਉਣ ਵਾਲੇ ਦਾ ਕੰਮ ਆ ਸਿਖਾਉਣਾ ਸਿਖਾਉਣ ਵਾਲੇ ਦਾ ਕੰਮ ਆ ਦੱਸਣਾ ਅਰ ਸੁਣਨ ਵਾਲੇ ਦਾ ਕੰਮ ਆ ਸੋਨਾ ਅਰ ਸੁਣ ਕੇ ਉਹਨੂੰ ਆਪਣੇ ਅੰਦਰ ਲੈਣਾ ਔਰ ਆਪਣੇ ਅੰਦਰ ਲੈ ਕੇ ਉਸ ਚੀਜ਼ ਨੂੰ ਪੂਰਾ ਕਰਨਾ ਸੋ ਮਾਈ ਡੀਅਰ ਫਰੈਂਡਸ ਦੇਖੋ ਕੋਈ ਨੂੰ ਇਸ ਵੇਲੇ ਕੈਨੇਡਾ ਤੋਂ ਦੇਖ ਰਿਹਾ ਕੋਈ ਇੰਗਲੈਂਡ ਤੋਂ ਦੇਖ ਰਿਹਾ ਕੋਈ ਪਾਕਿਸਤਾਨ ਤੋਂ ਦੇਖ ਰਿਹਾ ਕੋਈ ਹਿੰਦੁਸਤਾਨ ਤੋਂ ਦੇਖ ਰਿਹਾ ਕੋਈ ਆਸਟ੍ਰੇਲੀਆ ਤੋਂ ਦੇਖ ਰਿਹਾ ਕੋਈ ਸਪੇਨ ਤੋਂ ਦੇਖ ਰਿਹਾ ਤਾਂ ਮੈਂ ਅੱਜ ਇਹ ਵੀ ਕਹਾਂਗੀ ਕਿ ਤੁਸੀਂ ਆਪਣੀਆਂ ਕੰਟਰੀਜ਼ ਦੇ ਨੇਮਸ ਵੀ ਜਿਹੜੇ ਆ ਉਹ ਇਹਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਓ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੈਂ ਤੁਹਾਡੇ ਕੋਲੋਂ ਇੱਥੇ ਮੰਗਣ ਵਾਸਤੇ ਨਹੀਂ ਬੈਠੀ ਮੇਰਾ ਕੰਮ ਇਹ ਹੈ ਕਿ ਮੈਂ ਤੁਹਾਨੂੰ ਦੱਸਾਂ ਹੋ ਸਕਦਾ ਐਸ ਵੇਲੇ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਜਿਹੜੀਆਂ ਆ ਤੁਹਾਡੇ ਤੁਹਾਨੂੰ ਮਿਲਣ ਦੇ ਲਈ ਪਰਮੇਸ਼ਵਰ ਨੇ ਤਿਆਰ ਕੀਤੀਆਂ ਪਰ ਤੁਸੀਂ ਉਹਨਾਂ ਨੂੰ ਨਾ ਰਿਸੀਵ ਕਰ پا ਰਹੇ ਹੋ ਨਾ ਮਿਲ ਰਹੀਆਂ ਹੋਣ ਰੁਕੀਆਂ ਹੋਣ ਤੋਂ ਦੇ ਵਿੱਚ ਤੁਸੀਂ ਆਪਣੇ ਸ਼ੱਕ ਤੇ ਵਿਹਿਮ ਦਾ ਕਰਕੇ ਆਪਣੀਆਂ ਨਿੱਜੀ ਸੋਚਾਂ ਦਾ ਕਰਕੇ ਰੁਕਾਵਟ ਬਣੇ ਹੋ ਸਕਦੇ ਤੁਹਾਡੀਆਂ ਸੋਚਾਂ ਤੁਹਾਡੀ ਬਰਕਤ ਦੇ ਵਿੱਚ ਰੁਕਾਵਟ ਹੋ ਸਕਦੀਆਂ ਸੋ ਪਲੀਜ਼ ਤੁਸੀਂ ਆਪਣਾ ਸੋਚਣਾ ਬੰਦ ਕਰਕੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕਰੋ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਸਿਰਫ ਆਪਣੀ ਹੀ ਸਮਝ ਉੱਤੇ ਭਰੋਸਾ ਨਾ ਰੱਖ ਸੋ ਪਰਮੇਸ਼ਵਰ ਦੇ ਬਚਨ ਵਿੱਚ ਇੱਕ ਖਾਸ ਚੀਜ਼ ਲਿਖੀ ਹੋਈ ਆ ਕਹਿੰਦਾ ਸਿਰਫ ਆਪਣੀ ਹੀ ਸਮਝ ਉੱਤੇ ਭਰੋਸਾ ਨਾ ਰੱਖ ਕਈ ਵਾਰੀ ਮਨੁੱਖ ਸਿਰਫ ਆਪਣੀ ਹੀ ਸਮਝ ਦੇ ਉੱਤੇ ਭਰੋਸਾ ਰੱਖਦਾ ਜਿਸ ਕਰਕੇ ਉਹ insani mat ਦੇ ਨਾਲ ਸੋਚਦਾ ਰਹਿੰਦਾ ਇਹ ਗਲਤ ਉਹ ਗਲਤ ਫਲਾਨ ਗਲਤ ਪਰ ਮੈਂ ਕਹਿੰਦੀ ਜੋ ਗਲਤ ਆ ਉਸ ਗਲਤ ਨੂੰ ਕਰੈਕਟ ਕਰਨ ਦੇ ਲਈ ਉਹ ਸਾਡਾ ਬਾਪ ਖੁਦਾਵੰ ਪਰਮੇਸ਼ਵਰ ਉਹ ਅਸਮਾਨ ਦੇ ਵਿੱਚ ਬਿਰਾਜਮਾਨ ਯਾਰ ਉਹ ਸਮਰਥੀ ਆ ਕਿ ਉਹ ਸੱਬਦਾ ਨਿਆਂ ਕਰੇ ਅਨ ਉਹਨੂੰ ਪਤਾ ਆ ਕਿ ਕਿਹਦਾ ਨਿਆਂ ਕਿੱਦਾਂ ਕਰਨਾ ਆ ਹallelujah ਇਸ ਲਈ ਤੁਸੀਂ ਇੰਨਾ ਕਸ਼ਟ ਨਾ ਲਵੋ ਤੁਸੀਂ ਪਰਮੇਸ਼ਵਰ ਦੀ ਪਦਵੀ ਉੱਤੇ ਜਾਣ ਦੀ ਕੋਸ਼ਿਸ਼ ਨਾ ਕਰੋ ਜਦੋਂ ਅਸੀਂ ਕਿਸੇ ਦਾ ਨਿਆਂ ਕਰਦੇ ਹਾਂ ਅਸੀਂ ਪਰਮੇਸ਼ਵਰ ਦੀ ਪਦਵੀ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਮੈਂ ਸਾਫ਼ ਸ਼ਬਦਾਂ ਦੇ ਵਿੱਚ ਕਹਿੰਦੀ ਹਾਂ ਮੈਂ ਵੀ ਬਹੁਤ ਵਾਰੀ ਨਿਆਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਮੈਂ ਇਸ ਚੀਜ਼ ਨੂੰ ਨਹੀਂ ਸਮਝਿਆ ਪਰ ਜਦੋਂ ਮੈਂ ਸਮਝਿਆ ਕਿਉਂਕਿ ਹਰ ਮਨੁੱਖ ਐਵਰੀ ਡੇ ਸਿੱਖਦਾ ਯਾਰ ਮੈਨੂੰ ਸੰਗ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਿਆ ਕਿ ਮੈਂ ਗਲਤੀਆਂ ਕੀਤੀਆਂ ਪਰ ਮੈਂ ਸਟਿਲ ਗਲਤੀਆਂ ਕਰਦੀ ਆ ਇਸ ਲਈ ਨਹੀਂ ਕਿ ਮੈਨੂੰ ਪਤਾ ਹੈ ਗਲਤੀਆਂ ਆ ਇਸ ਲਈ ਕਿ ਜਦੋਂ ਤੱਕ ਮੈਨੂੰ ਪਤਾ ਨਹੀਂ ਹੈ ਇਹ ਗਲਤੀਆਂ ਮੇਰੇ ਕੋਲ ਹੋ ਜਾਂਦੀਆਂ ਆ ਪਰ ਜਦੋਂ ਮੈਨੂੰ ਸਮਝ ਆ ਜਾਏ ਕਿ ਇਹ ਗਲਤੀਆਂ ਤਾਂ ਮੈਂ ਉਸ ਚੀਜ਼ ਨੂੰ ਬੰਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਆਂ ਪਰ ਮੈਂ ਪਰਮੇਸ਼ਵਰ ਦੇ ਆਤਮਾ ਦੀ ਮਦਦ ਵੀ ਮੰਗਦੀ ਆਂ ਕਿ ਪ੍ਰਭੂ ਤੁਹਾਡਾ ਆਤਮਾ ਮੈਨੂੰ ਸਿਖਾਏ ਕਿ ਮੈਂ ਇਹ ਗਲਤੀ ਰਿਪੀਟ ਨਾ ਕਰਾਂ ਸੋ ਹਰ ਬੰਦਾ ਗਲਤੀ ਕਰਦਾ ਮੈਂ ਵੀ ਆਪਣੇ ਜੀਵਨ ਚ ਗਲਤੀਆਂ ਕੀਤੀਆਂ ਮੈਂ ਦੇਣਾ ਜਿਹੜਾ ਜਿਹੜਾ ਅੱਜ ਮੈਂ ਸਿਖਾ ਰਹੀ ਆਂ ਮੈਂ ਇਸ ਦੇਣ ਦੇ ਵਿੱਚ ਬਹੁਤ ਕਮਜ਼ੋਰ ਸੀਗੀ ਮੈਂ ਦੇਣਾ ਪਸੰਦ ਹੀ ਨਹੀਂ ਕਰਦੀ ਸੀਗੀ ਪਰ ਜੇ ਜਿੰਨ ਮੈਂ ਟੈਸਟੀਮਨੀ ਦੇਖੀ ਜਿਹੜੀ ਪਿਛਲੇ ਦਿਨਾਂ ਚ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਜਦੋਂ ਮੇਰੀ ਲਾਈਫ ਦੇ ਵਿੱਚ ਵਾਕਿਆ ਹੋਇਆ ਤੇ ਮੈਂ ਉਸ ਚੀਜ਼ ਦੇ ਬਾਰੇ ਵਿੱਚ ਪਰਮੇਸ਼ਵਰ ਦੇ ਆਤਮਾ ਨੇ ਮੈਨੂੰ ਇਨਕਰੇਜ ਕੀਤਾ ਤੇ ਮੈਂ ਤੁਹਾਨੂੰ ਇਨਕਰੇਜ ਕਰਦੀ ਆ ਇਸੇ ਤਰੀਕੇ ਦੇ ਨਾਲ ਮੈਂ ਬਹੁਤ ਚੀਜ਼ਾਂ ਦੇ ਵਿੱਚ ਲੋਕਾਂ ਦਾ ਨਿਆਂ ਕਰਨ ਦੀ ਕੋਸ਼ਿਸ਼ ਕਰਦੀ ਸੀਗੀ ਹਾਲਾਂਕਿ ਮੈਂ ਪਰਮੇਸ਼ਵਰ ਦੇ ਘਰ ਦੇ ਵਿੱਚ ਰਹਿੰਦੀ ਪਰਮੇਸ਼ਵਰ ਦੇ ਕੰਮ ਕਰਦੀ ਫੇ ਵੀ ਮੈਂ ਬਹੁਤ ਚੀਜ਼ਾਂ ਦੇ ਵਿੱਚ ਨਹੀਂ ਸਿੱਖਿਆ ਜਾਂ ਨਹੀਂ ਸਿੱਖਿਆ ਸੀ ਜਿਹੜਾ ਮੈਂ ਹੁਣ ਸਿੱਖ ਰਹੀ ਆ ਤਾਂ ਮੈਂ ਹਰ ਰੋਜ਼ ਪਰਮੇਸ਼ਵਰ ਕੋਲੋਂ ਮੰਗਦੀ ਕਿ ਪ੍ਰਭੂ ਤੁਸੀਂ ਮੈਨੂੰ ਸਿਖਾਓ ਤਾਂ ਮੈਂ ਵੀ ਉਹ ਗਲਤੀਆਂ ਕੀਤੀਆਂ ਪਰ ਪਰਮੇਸ਼ਵਰ ਨੇ ਮੈਨੂੰ ਬਾਹਰ ਕੱਢਿਆ আর ਮੈਂ ਕਹਿੰਦੀ ਅਗਰ ਤੁਸੀਂ ਉਹਨਾਂ ਗਲਤੀਆਂ ਦੇ ਵਿੱਚ ਹੋ ਤਾਂ ਪਰਮੇਸ਼ਵਰ ਜੀ ਤੁਹਾਨੂੰ ਵੀ ਆਪਣੇ ਬਚਨ ਦੇ ਰਾਹੀਂ ਬਾਹਰ ਕੱਢਣ আর ਤੁਸੀਂ ਆਪਣੀਆਂ ਬਰਕਤਾਂ ਨੂੰ ਲੈ ਸਕੋ ਪਰਮੇਸ਼ਵਰ ਦੀ ਉਸ ਕਿਰਪਾ ਨੂੰ ਜਿਹੜੇ ਤੁਹਾਡੇ ਲਈ ਆ ਤੁਹਾਡੇ ਤੀਆਂ ਪੁੱਤਰਾਂ ਦੇ ਲਈ ਆ ਤੁਹਾਡੇ ਘਰਾਣੇ ਦੇ ਲਈ ਆ ਤੁਹਾਨੂੰ ਉਹ ਮਿਲੇ ਤੁਹਾਡੇ ਕਾਰੋਬਾਰ ਦੇ ਉੱਤੇ ਜਿਹੜੀ ਬਰਕਤ ਪਰਮੇਸ਼ਵਰ ਦੇਣਾ ਚਾਹੁੰਦੇ ਉਹ ਤੁਹਾਨੂੰ ਮਿਲੇ ਇਸ ਲਈ ਦੇਣ ਵਾਲੇ ਬਣੋ ਨਰਮ ਸੁਭਾਅ ਦੇ ਬਣੋ ਅਰ ਪਰਮੇਸ਼ਵਰ ਦਾ ਕੰਮ ਪਰਮੇਸ਼ਵਰ ਦੇ ਉੱਤੇ ਰਹਿਣ ਦਿਓ ਤੁਸੀਂ ਆਪਣਾ ਕੰਮ ਕਰੋ ਪਰਮੇਸ਼ਵਰ ਆਪਣਾ ਕੰਮ ਕਰਦੇ ਰਹਿਣਗੇ ਹallelujah ਸੋ ਇੱਥੇ ਲਿਖਿਆ ਆ ਕਹਿੰਦਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਤਿਵੇਂ ਕਰੇ ਰਾਂਝਣ ਨਾਲ ਅਥਵਾ ਲਾਚਾਰੀ ਨਾਲ ਨਹੀਂ ਕਿਉਂਕਿ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਸ਼ੋਭ ਕੰਮਾਂ ਦੇ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਸੋ ਕਹਿੰਦਾ ਰਾਂਝਣ ਨਾਲ ਨਾ ਦਿਓ ਗੁੱਸੇ ਨਾਲ ਨਾ ਦਿਓ ਲਾਚਾਰ ਹੋ ਕੇ ਨਾ ਦਿਓ ਪਰ ਤੁਸੀਂ ਮਨ ਦੇ ਨਾਲ ਮਤਲਬ ਪੂਰੇ ਮਨ ਦੇ ਨਾਲ ਖੁਸ਼ੀ ਦੇ ਨਾਲ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਰਹਿ ਕੇ ਦਿਓ ਪਿਆਰ ਨਾਲ ਦਿਓ ਕਹਿੰਦਾ ਜਿਹੜਾ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਉਹ ਤੁਹਾਨੂੰ ਵਧਾਊਗਾ ਵੀ ਔਰ ਤੁਹਾਡੇ ਕੋਲ ਸਹੀ ਸਮੇਂ ਤੇ ਵਰਤਨ ਦੇ ਲਈ ਹੋਵੇ ਪਰਮੇਸ਼ਵਰ ਤੁਹਾਨੂੰ ਜਰੂਰ ਦੇਵੇਗਾ ਤੁਹਾਡੇ ਕੋਲ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਕਿ ਚੰਗੇ ਕੰਮ ਕਰਨ ਦੇ ਲਈ ਤੁਹਾਡੇ ਕੋਲ ਹੋਵੇ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਅੱਗੂ ਪਿੱਛੋ ਤੇ ਬੜਾ ਹੁੰਦਾ ਪਰ ਜਦੋਂ ਸਾਨੂੰ ਜ਼ਰੂਰਤ ਹੁੰਦੀ ਉਸ ਵੇਲੇ ਨਹੀਂ ਹੁੰਦਾ ਤਾਂ ਬਚਨ ਦੇ ਵਿੱਚ ਲਿਖਿਆ ਕਿ ਤੁਹਾਡੇ ਕੋਲੇ ਸ਼ੁਭ ਕੰਮ ਦੇ ਵੇਲੇ ਵਿੱਚ ਤੁਹਾਡੇ ਕੋਲੇ ਵਾਫਰ ਵੀ ਹੋਵੇ ਕਿ ਕਾਫੀ ਹੋਵੇ ਤੁਹਾਡੇ ਕੋਲ ਬੈਲੈਂਸ ਦੇ ਵਿੱਚ ਪਿਆ ਹੋਵੇ ਤੁਹਾਡੇ ਕੋਲ ਆਲਰੇਡੀ ਹੋਵੇ ਕਿ ਤੁਹਾਨੂੰ ਭੱਜਣਾ ਨਾ ਪਹਿਕੇ ਹੁਣ ਤੇ ਅਸੀਂ ਆਹ ਕੰਮ ਸ਼ੁਰੂ ਕਰਨਾ ਸੀਗਾ ਪਿਛਲੇ ਸਾਲ ਤਾਂ ਸਾਡੇ ਕੋਲ ਇਹਨਾਂ ਦਿਨਾਂ 'ਚ ਬਹੁਤ ਸੀ ਅੱਜ ਅਸੀਂ ਆਹ ਕੰਮ ਕਰਨਾ ਤੇ ਅੱਜ ਸਾਡੇ ਕੋਲ ਹੈ ਹੀ ਨਹੀਂ ਤਾਂ ਪਰਮੇਸ਼ਵਰ ਤੁਹਾਨੂੰ ਰਾਈਟ ਟਾਈਮ ਤੇ ਬਹੁਤਾਏ ਦੇ ਨਾਲ ਦੇਣਗੇ ਅਗਰ ਤੁਸੀਂ ਖੁਸ਼ੀ ਦੇ ਨਾਲ ਦੇਣ ਵਾਲੇ ਬਣ ਜਾਓਗੇ ਅਗਰ ਤੁਸੀਂ ਖੁੱਲ੍ਹ ਦਿਲੀ ਦੇ ਨਾਲ ਦੇਣ ਵਾਲੇ ਬਣ ਜਾਓਗੇ ਕਹਿੰਦਾ ਜਿਵੇਂ ਲਿਖਿਆ ਆ ਉਹਨਾਂ ਨੇ ਖੰਡਾ ਆ ਕੰਗਾਲਾਂ ਨੂੰ ਦਿੱਤਾ ਉਹਦਾ ਧਰਮ ਸਦਾ ਤਿੱਕ ਬਣਿਆ ਰਹਿੰਦਾ ਕਹਿੰਦਾ ਲਿਖਿਆ ਹੋਇਆ ਵਚਨ 'ਚ ਕਿ ਜਿਨ੍ਹਾਂ ਨੇ ਖੁੱਲ੍ਹਦਿਲੀ ਦੇ ਨਾਲ ਦਿੱਤਾ ਆ ਖੁਸ਼ਦਿਲੀ ਦੇ ਨਾਲ ਦਿੱਤਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਦਿੱਤਾ ਆ ਉਹਨਾਂ ਨੇ ਕਿੰਨਿਆਂ ਨੂੰ ਵੰਡਿਆ ਕੰਗਾਲਾਂ ਨੂੰ ਦਿੱਤਾ ਉਹਨਾਂ ਨੇ ਜਗ੍ਹਾ-ਜਗ੍ਹਾ ਤੇ ਦਿੱਤਾ ਔਰ ਕਿੰਨਾ ਉਹਨਾਂ ਦਾ ਧਰਮ ਸਦਾ ਤਿਕ ਬਣਿਆ ਰਹਿੰਦਾ ਆ ਪਰਮੇਸ਼ਰ ਦੀ ਨਜ਼ਰ ਵਿੱਚ ਉਹਨਾਂ ਦੀ ਧਾਰਮਿਕਤਾ ਬਹੁਤ ਮਤਲਬ ਲੌਂਗ ਟਾਈਮ ਤੱਕ ਸਦਾ ਤਿਕਰ ਇਟਰਨਲ ਆ ਲੌਂਗ ਲਾਸਟਿੰਗ ਆ ਬਣੀ ਰਹਿੰਦੀ ਆ ਕਹਿੰਦਾ ਜਿਹੜਾ ਬੀਜਣ ਵਾਲੇ ਨੂੰ ਬੀ ਔਰ ਖਾਣ ਵਾਲੇ ਨੂੰ ਰੋਟੀ ਦਿੰਦਾ ਤੁਹਾਨੂੰ ਬੀਜਣ ਲਈ ਬੀ ਦੇਵੇਗਾ ਅਰ ਉਹਦਾ ਵਾਅਦਾ ਵੀ ਕਰੂਗਾ ਸੋ ਬਹੁਤ ਵਰੀ ਆਪਣੇ ਕੋਲੇ ਹੁੰਦਾ ਕਿ ਜੇ ਮੇਰੇ ਕੋਲ ਹੋਵੇ ਤਾਂ ਮੈਂ ਦਿੰਦਾ ਹੁਣ ਜਦ ਮੇਰੇ ਕੋਲ ਹੈ ਹੀ ਨਹੀਂ ਤਾਂ ਮੈਂ ਕਿੱਥੋਂ ਦੇਵਾਂ ਜਿਨਨੇ ਅੱਜ ਤੱਕ ਤੁਹਾਨੂੰ ਖਾਣ ਲਈ ਰੋਟੀ ਦਿੱਤੀ ਆ ਉਹ ਤੁਹਾਨੂੰ ਜ਼ਰੂਰ ਦੇਊਗਾ ਉਹ ਤੁਹਾਨੂੰ ਬੀਜਣ ਲਈ ਵੀ ਦੇਊਗਾ ਤੁਸੀਂ ਆਪਣਾ ਮਨ ਤਿਆਰ ਕਰੋ ਬੀਜਣ ਦੇ ਲਈ ਤੁਸੀਂ ਆਪਣਾ ਮਨ ਤਿਆਰ ਕਰੋ ਦੇਣ ਦੇ ਲਈ ਤੁਸੀਂ ਮਨ ਤਿਆਰ ਕਰੋ ਵੰਡਣ ਦੇ ਲਈ ਤੁਸੀਂ ਪਰਮੇਸ਼ਵਰ ਕੋਲੋਂ ਮੰਗੋ ਕਿ ਪ੍ਰਭੂ ਮੈਂ ਬੀਜਣਾ ਚਾਹੁੰਦਾ ਆ ਪ੍ਰਭੂ ਮੈਂ ਵੰਡਣਾ ਚਾਹੁੰਦਾ ਆ ਪ੍ਰਭੂ ਮੈਂ ਤੁਹਾਡੇ ਬਚਨ ਦੀ ਆਗਿਆਕਾਰੀ ਕਰਨਾ ਚਾਹੁੰਦਾ ਆ ਜਦੋਂ ਤੁਸੀਂ ਬਚਨ ਚ ਕੀ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਮੰਗੋ ਤੁਸੀਂ ਸਿਰਫ ਆਪਣੀਆਂ ਨੀਡਸ ਐਂਡ ਰੀਡਸ ਦੇ ਲਈ ਮੰਗਦੇ ਆ ਜਦੋਂ ਤੁਸੀਂ ਮੰਗੋ ਕਿ ਪ੍ਰਭੂ ਮੈਂ ਤੁਹਾਡੇ ਘਰ ਵਿੱਚ ਵੀ ਦੇਵਾਂਗਾ ਉਹਨਾਂ ਕੰਮਾਂ ਦੇ ਲਈ ਜਿਹੜੇ ਪੂਰੇ ਸੰਸਾਰ ਦੇ ਵਿੱਚ ਗੋਸਪਲ ਦੇ ਲਈ ਕੀਤੇ ਜਾ ਰਹੇ ਆ ਪਰਮੇਸ਼ਵਰ ਤੁਹਾਨੂੰ ਜ਼ਰੂਰ ਦੇਣਗੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਵੀ ਸਗੋਂ ਵੰਡਣ ਦੇ ਲਈ ਵੀ ਅਰ ਤੁਸੀਂ ਦੇਖਿਓ ਕਈ ਵਾਰੀ ਤੁਹਾਡੇ ਕੋਲੇ ਆ ਜਾਂਦਾ ਆ ਅਰ ਫਿਰ ਤੁਸੀਂ ਤੁਸੀਂ ਕੰਜੂਸ ਹੋ ਜਾਂਦੇ ਆ ਤੁਸੀਂ ਉਹਦੇ ਵਿੱਚੋਂ ਬੀਜਣ ਦਾ ਮਨ ਜਿਹੜਾ ਆ ਉਹ ਹਟਾ ਲੈਂਦੇ ਆ ਪਰ ਮੈਂ ਕਹਿੰਦੀ ਵੀ ਜੇ ਇਹ ਤੁਹਾਨੂੰ ਕੋਈ ਦੇ ਕੇ ਗਿਆ ਗਿਫਟ ਦੇ ਕੇ ਗਿਆ ਕੋਈ ਸਗਨ ਦੇ ਗਿਆ ਕੋਈ ਕੁਝ ਪਹਿਲੇ ਤੁਹਾਡੇ ਕੋਲ ਵੰਡਣ ਲਈ ਨਹੀਂ ਸੀਗਾ ਬੀਜਣ ਲਈ ਨਹੀਂ ਸੀਗਾ ਪਰ ਤੁਸੀਂ ਉਹਦੇ ਵਿੱਚੋਂ ਐਟਲੀਸਟ ਕੁਝ ਤਾਂ ਕੱਢੋ ਕੁਝ ਤਾਂ ਉਸ ਹਿੱਸੇ ਲਈ ਕੱਢੋ ਕਿ ਪ੍ਰਭੂ ਇਹ ਤੁਹਾਡੀ ਬਾਦਸ਼ਾਹਤ ਵਿੱਚ ਇਸਤੇਮਾਲ ਕੀਤਾ ਜਾਏ ਦੇਖੋ ਬਚਨ ਦੇ ਵਿੱਚ ਲਿਖਿਆ ਜੇ ਤੂੰ ਸੱਜੇ ਨੂੰ ਦੇਵੇਂ ਸੱਜੇ ਹੱਥ ਨਾਲ ਦੇਵੇਂ ਤੇ ਖੱਬੇ ਨਾਲ ਪਤਾ ਨਾ ਲੱਗੇ ਆਪਾਂ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਫੇਸਬੁੱਕ ਤੇ ਉੱਤੇ ਪੋਸਟ ਕਰੀਏ ਪਰ ਅਗਰ ਤੁਸੀਂ ਆਪਣੇ ਦਾਨ ਦਸਵੰਦ ਤੁਸੀਂ ਚਰਚ ਦੇ ਵਿੱਚ ਆਪਣੀਆਂ ਪੇਟਾ ਲੈ ਕੇ ਆਉਂਦੇ ਆ ਤਾਂ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਐਜੂਕੇਸ਼ਨ ਦਾ ਖਰਚਾ ਜਿਹੜਾ ਆ ਉਹ ਚਰਚ ਜਿਹੜੀ ਆ ਉਹ ਕਰ ਰਹੀ ਆ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਕਰ ਰਹੀ ਆ ਸੋ ਚਰਚ ਦੇ ਵਿੱਚ ਵੈਲਫੇਅਰ ਸੁਸਾਇਟੀ ਦੇ ਅੰਡਰ ਵਰਕ ਹੋ ਰਿਹਾ ਆ ਤੁਸੀਂ ਉਸ ਵੈਲਫੇਅਰ ਸੁਸਾਇਟੀ ਨੂੰ ਡੋਨੇਟ ਕਰ ਸਕਦੇ ਆ ਤੁਸੀਂ ਆਪਣੀ ਕੰਪਨੀਆਂ ਦੇ ਥਰੂ ਡੋਨੇਟ ਕਰ ਸਕਦੇ ਆ ਉਹ ਸਾਰੇ ਲੀਗਲ ਡਾਕੂਮੈਂਟਸ ਚਰਚ ਦੇ ਕੋਲ ਆ ਜਿਨ੍ਹਾਂ ਦੇ ਰਾਈ ਤੁਸੀਂ ਡੋਨੇਸ਼ਨ ਦਿਓ ਔਰ ਉਹਦਾ ਰਿਬੇਟ ਤੁਹਾਨੂੰ ਮਿਲੇ ਤਾਂ ਤੁਸੀਂ ਤੁਸੀਂ ਕਰ ਸਕਦੇ ਆ ਚਰਚ ਆਲਰੇਡੀ ਉਹ ਕਮ ਸੁਸਾਇਟੀ ਆਲਰੇਡੀ ਉਹ ਕੰਮ ਕਰ ਰਹੀ ਆ ਵਿਡੋਜ਼ ਨੂੰ ਰਾਸ਼ਨ ਦੇਣਾ ਬਹੁਤ ਸਾਰੀਆਂ ਵੀਡਿਓਜ਼ ਦਾ ਰਸ਼ਨ ਜਿਹੜਾ ਇਹ ਚਰਚ ਦੇ ਵਿੱਚ ਲੱਗਿਆ ਹੋਇਆ ਪਰ ਜੇ ਅਸੀਂ ਐਵਰੀ ਮੰਥ ਉਹਨਦੀਆਂ ਫੋਟਾਂ ਪੋਸਟ ਕਰੀਏ ਇੰਨਾ ਜ਼ਿਆਦਾ ਸੋਹਣਾ ਲੱਗਦਾ ਨਹੀਂ ਆ ਪਰ ਫਿਰ ਵੀ ਜਿੱਥੇ ਸਾਨੂੰ ਜ਼ਰੂਰਤ ਪੈਂਦੀ ਆ ਅਗਰ ਕਿਸੇ ਨੂੰ ਪ੍ਰੂਫ ਦੀ ਜ਼ਰੂਰਤ ਹੁੰਦੀ ਆ ਅਗਰ ਉਹ ਵਾਕਿਆ ਹੀ ਦੇਖਣ ਦਾ ਹੱਕਦਾਰ ਆ ਉਹ ਬੰਦਾ ਦੇਖਣ ਦਾ ਹੱਕਦਾਰ ਨਹੀਂ ਆ ਜਿਹੜਾ ਕਦੀ ਜਿਹੜਾ ਕਦੀ ਬੀਜਦਾ ਨਹੀਂ ਉਹ ਕੋਈ ਹੱਕ ਨਹੀਂ ਰੱਖਦਾ ਕਿ ਉਹਨੂੰ ਕੁਝ ਵੀ ਦੱਸਿਆ ਜਾਏ ਜਾਂ ਉਹਦੇ ਅੱਗੇ ਕੁਝ ਵੀ ਪੇਸ਼ ਕੀਤਾ ਜਾਏ ਪਰ ਹਾਂ ਜਿਹੜਾ ਹੱਕਦਾਰ ਆ ਅਸੀਂ ਉਹਨੂੰ ਦਿਖਾਉਂਦੇ ਆ ਸੋਸਾਇਟੀ ਦੇ ਸਾਰਾ ਕੁਝ ਮੇਨਟੇਨ ਕੀਤਾ ਹੋਇਆ ਆ ਤਾਂ ਤੁਸੀਂ ਖੁੱਲ੍ਹ ਦਿਲੀ ਦੇ ਨਾਲ ਦਿਓ ਰਾਈਟ ਯੂਜ਼ ਹੋ ਰਿਹਾ ਤੁਸੀਂ ਦੇਖੋ ਕਿੰਨਾ ਲਿਟਰੇਚਰ ਛਪਦਾ ਆ ਕਿੰਨੇ ਲੀਫਲੈਟਸ ਵੰਡੇ ਜਾਂਦੇ ਆ ਕਿੰਨਾ ਜਿਹੜਾ ਆ মিডিਆ ਦੇ ਉੱਤੇ ਜਿਹੜਾ ਆ ਉਹਨੂੰ ਖਰਚ ਕੀਤਾ ਜਾਂਦਾ ਕਿ ਬਹੁਤ ਜਗ੍ਹਾ ਜਗ੍ਹਾ ਤੇ ਜਿਹੜਾ ਆ ਪਰਮੇਸ਼ਵਰ ਦਾ ਇੱਕ ਗੌਸਪਲ ਪਰਮੇਸ਼ਵਰ ਦਾ ਵਰਡ ਪਰਮੇਸ਼ਵਰ ਦੀ ਕਿੰਗਡਮ ਦਾ ਜਿਹੜਾ ਪ੍ਰਚਾਰ ਆ ਉਹ ਦੁਨੀਆ ਤਿੱਕਰ ਪਹੁੰਚੇ আর ਅਗਰ ਤੁਸੀਂ ਸਹਿਯੋਗ ਕਰੋ ਤੇ ਆਪਾਂ ਟੀਵੀ ਚੈਨਲਸ ਦੇ ਉੱਤੇ ਬਹੁਤ ਆਇਦ ਦੇ ਨਾਲ ਇਸ ਚੀਜ਼ ਨੂੰ ਸਪਰੈਡ ਕਰੀਏ ਕਿ ਆਪਾਂ ਵੱਡੇ ਵੱਡੇ ਟੀਵੀ ਚੈਨਲਸ ਜਿਹੜੇ ਆ ਜਿਹੜੇ ਬਹੁਤ ਜ਼ਿਆਦਾ ਰੇਟਿੰਗ ਹੈ ਜਿਨ੍ਹਾਂ ਦੀ ਆਪਾਂ ਉਹਨਾਂ ਦੇ ਉੱਤੇ ਆਈਏ ਔਰ ਉਹਦੇ ਉੱਤੇ ਪ੍ਰਚਾਰ ਕੀਤਾ ਜਾਏ ਤਾਂ ਉਹਦੇ ਲਈ ਬਜਟ ਦੀ ਜ਼ਰੂਰਤ ਆ ਔਰ ਦੇਖੋ ਇੱਕ ਜਾਣਾ ਸਾਰਾ ਬੋਝ ਨਹੀਂ ਚੱਕ ਸਕਦਾ ਪਰ ਬੂੰਦ ਬੂੰਦ ਦੇ ਨਾਲ ਪਾਣੀ ਦਾ ਜਿਹੜਾ ਇਹ ਭੰਡਾਰ ਬਣ ਜਾਂਦਾ ਹੈ ਤਾਂ ਅਗਰ ਅਸੀਂ ਸਾਰੇ ਜਾਣੇ ਥੋੜੀ ਥੋੜੀ ਬੂੰਦ ਬੂੰਦ ਆਪਣੇ ਉਸ ਚੀਜ਼ ਦੇ ਵਿੱਚੋਂ ਦੇਈਏ ਤਾਂ ਅਸੀਂ ਇੱਕ ਵੱਡਾ ਕੰਮ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਕਰ ਸਕਦੇ ਹਾਂ ਸੋ ਅੱਜ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਪਲੀਜ਼ ਤੁਸੀਂ ਆਪਣੀਆਂ ਉਹ ਦਾਤਾਂ ਜਿਹੜੀਆਂ ਪਰਮੇਸ਼ਵਰ ਨੇ ਤੁਹਾਨੂੰ ਬਖਸ਼ੀਆਂ ਆ ਉਹਨਾਂ ਦੇ ਵਿੱਚੋਂ ਜ਼ਰੂਰ ਪਰਮੇਸ਼ਵਰ ਦੇ ਘਰ ਦੇ ਵਿੱਚ ਤੁਸੀਂ ਸ਼ੇਅਰ ਕਰਨਾ ਸ਼ੁਰੂ ਕਰੋ ਉਹਦੇ ਤੋਂ ਦੇਣਾ ਸ਼ੁਰੂ ਕਰੋ ਗਿਵਿੰਗ ਦੇ ਵਿੱਚ ਤੁਸੀਂ ਆਓ ਤਾਂ ਜੋ ਪਰਮੇਸ਼ਵਰ ਦੀ ਬਰਕਤ ਤੁਹਾਡੇ ਉੱਤੇ ਆਏ ਅੱਜ ਦੀ ਮੈਸੇਜ ਥੋੜੀ ਜਿਹੀ ਲੰਬੀ ਹੋ ਰਹੀ ਹੈ ਪਰ ਮੈਂ ਫਿਰ ਵੀ ਇਹ ਮੈਸੇਜ ਨੂੰ ਕੰਪਲੀਟ ਕਰਾਂਗੀ ਕਿਉਂਕਿ ਇਹ ਕੋਈ ਸਧਾਰਨ ਨਹੀਂ ਹੈ ਪਰ ਇਹ ਤੁਹਾਡੇ ਜੀਵਨ ਦੇ ਵਿੱਚ ਅੱਜ ਬlesing ਦੇ ਦੋਰ ਨੂੰ ਖੋਲਣ ਦੇ ਲਈ ਆ ਇਹ ਮੈਂ ਡਿਕਲੇਅਰ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਲਿਖਿਆ ਆ ਕਹਿੰਦਾ ਉਹ ਉਹ ਤੁਹਾਨੂੰ ਬੀਜਣ ਲਈ ਵੀ ਦਊਗਾ ਔਰ ਉਹਨੂੰ ਵਧਾਊਗਾ ਵੀ ਸੋ ਪਰਮੇਸ਼ਵਰ ਤੁਹਾਨੂੰ ਸੀਡ ਵੀ ਦੇਣਗੇ ਬੀਜ ਵੀ ਦੇਣਗੇ ਔਰ ਉਹਨੂੰ ਬles ਵੀ ਕਰਨਗੇ ਵਧਾਉਣਗੇ ਵੀ ਜੋ ਤੁਸੀਂ ਬੀਜੋਗੇ ਉਹ ਵੱਧਦਾ ਜਾਊਗਾ ਔਰ ਕਹਿੰਦਾ ਜੇ ਸਭਨਾ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਜੋ ਤੁਸੀਂ ਸਭਨਾ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਜਿਹੜੇ ਸਾਡੇ ਰਾਈ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਆ ਕਹਿੰਦਾ ਤੁਸੀਂ ਸਾਰੀਆਂ ਗੱਲਾਂ ਦੇ ਵਿੱਚ ਤਾਂ ਨਹੀਂ ਹੋ ਜਾਓ ਤੁਹਾਡੇ ਦਿਨ ਸੌਖੇ ਹੋ ਜਾਣ ਇਹ ਗੁਰਸ਼ਰਨ ਨਹੀਂ ਕਹਿ ਰਹੀ ਪਰ ਪਰਮੇਸ਼ਰ ਦਾ ਬਚਨ ਕਹਿ ਰਿਹਾ ਹੈ ਇਹ ਉਹ ਪਰਮੇਸ਼ਰ ਦੇ ਚੇਲੇ ਗੱਲਾਂ ਕਰ ਰਹੇ ਆ ਇੱਥੇ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਰਹਿੰਦੇ ਸੀ ਔਰ ਇ ਨਿਊ ਟੈਸਟਾਮੈਂਟ ਦੇ ਵਿੱਚ ਲਿਖਿਆ ਗਿਆ ਹੈ ਇਹਦਾ ਮਤਲਬ ਜਦੋਂ ਅਸੀਂ ਦਿਨੇ ਆ ਦੇਣ ਦੇ ਨਾਲ ਅਸੀਂ ਬles ਹੁੰਨੇ ਆ ਔਰ ਬles ਹੋਣ ਦੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਔਰ ਸਾਡੀ ਲਾਈਫ ਦੇ ਵਿੱਚ ਸੁੱਖ ਦੇ ਦਿਨ ਆ ਜਾਂਦੇ ਆ ਹਾਲੇਲੂਇਆ ਕਹਿੰਦਾ ਤੁਸੀਂ ਤਣੀ ਹੋ ਜਾਓ ਹਰ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਐ ਉਹਨਾਂ ਦੇ ਵਿੱਚ ਤੁਸੀਂ ਤਣੀ ਹੋ ਜਾਓ ਔਰ ਪਰਮੇਸ਼ਵਰ ਦੇ ਸਨਮੁਖ ਤੁਸੀਂ ਧੰਨਵਾਦ ਦੇ ਲਈ ਜਿਹੜੇ ਆ ਗੁਣਕਾਰੀ ਹੋਵੋ ਕਿ ਤੁਸੀਂ ਇੰਨਾ ਬਲੈਸ ਹੋ ਜਾਓ ਕਿ ਤੁਸੀਂ ਧੰਨਵਾਦ ਕਰਦੇ ਰਹੋ ਪਰਮੇਸ਼ਵਰ ਦਾ ਕਿ ਪ੍ਰਭੂ ਤੁਸੀਂ ਇੰਨਾ ਦਿੱਤਾ ਇੰਨਾ ਦਿੱਤਾ ਥੈਂਕ ਯੂ ਫਾਦਰ ਥੈਂਕ ਯੂ ਫਾਦਰ ਤੁਸੀਂ ਪਾਉਣ ਲਈ ਦਿੱਤਾ ਥੈਂਕ ਯੂ ਖਾਣ ਲਈ ਦਿੱਤਾ ਥੈਂਕ ਯੂ ਰਹਿਣ ਦੇ ਲਈ ਦਿੱਤਾ ਥੈਂਕ ਯੂ ਸਾਡੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਥੈਂਕ ਯੂ ਅਰਵਚਨ ਦੇ ਵਿੱਚ ਲਿਖਿਆ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਉਹ ਬਹੁਤੇ ਵਿੱਚ ਵੀ ਵਫਾਦਾਰ ਨਹੀਂ ਆ ਇਸ ਲਈ ਜੋ ਵੀ ਤੁਹਾਡੇ ਕੋਲੇ ਹੈਗਾ ਉਹਦੇ ਲਈ ਤੁਸੀਂ ਸ਼ੁਕਰਗੁਜ਼ਾਰ ਹੋਵੋ ਉਹਦੇ ਲਈ ਤੁਸੀਂ ਧੰਨਵਾਦ ਕਰਦੇ ਰਹੋ ਤਾਂ ਜੋ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਅਰ ਵਧਦੀ ਜਾਏ ਹallelujah ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਥੁੜਾਂ ਨੂੰ ਪੂਰਿਆ ਕਰਦਾ ਸਗੋਂ ਪਰਮੇਸ਼ਵਰ ਦੇਆਂ ਬਹੁਤਿਆਂ ਧੰਨਵਾਦਾਂ ਦੇ ਰਹੀ ਵਧਦਾ ਵੀ ਜਾਂਦਾ ਦੇਖੋ ਇੱਥੇ ਲਿਖਿਆ ਕਿ ਸਿਰਫ ਜਿਹੜਾ ਆ ਸੰਤਾਂ ਦੀਆਂ ਜ਼ਰੂਰਤਾਂ ਜਾਂ ਥੁੜਾ ਨੂੰ ਹੀ ਪੂਰਿਆ ਨਹੀਂ ਕਰਦਾ ਪਰ ਬਹੁਤਿਆਂ ਧਨਵਾਦਾਂ ਦੇ ਰਾਈ ਵੱਤ ਦਾ ਵੀ ਜਾਂਦਾ ਆ ਸੋ ਸਿਰਫ ਤੁਹਾਡਾ ਦੇਣਾ ਸੰਤਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਪਰ ਇਹਦਾ ਮਤਲਬ ਕਿ ਤੁਹਾਡੇ ਦੇਣ ਨਾਲ ਸੰਤਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਆ ਔਰ ਪਰਮੇਸ਼ਵਰ ਦੇ ਬਚਨ ਦੇ ਰਾਈ ਉਹ ਲੀਗਲ ਠਹਿਰਾਇਆ ਗਿਆ ਆ ਪਰ ਇੱਕ ਲਿਮਿਟ ਦੇ ਵਿੱਚ ਰਹਿ ਕੇ ਜ਼ਰੂਰਤ ਦਾ ਪੂਰਾ ਹੋਣਾ ਇੱਕ ਵੱਖਰੀ ਚੀਜ਼ ਆ ਔਰ ਖੁਆਇਸ਼ ਦਾ ਪੂਰਾ ਹੋਣਾ ਇੱਕ ਵੱਖਰੀ ਚੀਜ਼ ਆ ਔਰ ਪਰਮੇਸ਼ਵਰ ਦਾ ਬਚਨ ਸਪੋਰਟ ਕਰਦਾ ਜ਼ਰੂਰਤ ਦੇ ਪੂਰੇ ਹੋਣ ਨੂੰ ਖੁਆਇਸ਼ ਦੇ ਪੂਰੇ ਹੋਣ ਦਾ ਜਿਹੜਾ ਇਹ ਖੁਆਇਸ਼ ਤੁਹਾਡੀ ਬਹੁਤ ਵੱਡੀ ਹੋ ਸਕਦੀ ਆ ਖੁਆਇਸ਼ ਤੁਹਾਡੀ ਹੋ ਸਕਦੀ ਕਿ ਮੇਰਾ ਆਪਣਾ ਪ੍ਰਾਈਵੇਟ ਜੈਟ ਹੋਏ ਪਰ ਜ਼ਰੂਰਤ ਤੁਹਾਡੀ ਆ ਕਿ ਤੁਹਾਡੇ ਕੋਲ ਇੱਕ ਕਾਰ ਹੋਏ ਤੇ ਤੁਸੀਂ ਟਰੈਵਲ ਕਰ ਸਕੋ ਹallelujah ਔਰ ਜ਼ਰੂਰਤ ਤੁਹਾਡੀ ਇਹ ਆ ਕਿ ਤੁਸੀਂ ਜਹਾਜ਼ ਵਿੱਚ ਸਫ਼ਰ ਕਰ ਲਓ ਆਪਣੀ ਟਿਕਟ ਲੈ ਕੇ ਪਰ ਤੁਹਾਡਾ ਆਪਣਾ ਪ੍ਰਾਈਵੇਟ ਜੈਟ ਹੋਏ ਇਹ ਤੁਹਾਡੀ ਮਨ ਦੀ ਖੁਆਇਸ਼ ਆ ਹਾਂ ਪਰਮੇਸ਼ਵਰ ਸਮਰਥੀ ਆ ਕਿ ਤੁਹਾਡੀ ਖੁਆਇਸ਼ ਨੂੰ ਪੂਰੀ ਕਰੇ ਪਰ ਜ਼ਰੂਰੀ ਆ ਕਿ ਤੁਹਾਡੀ ਜ਼ਰੂਰਤ ਪੂਰੀ ਹੋਏ ਹallelujah ਸੋ ਇੱਥੇ ਲਿਖਿਆ ਸੰਤਾਂ ਦੀਆਂ ਥੁੜਾਂ ਪੂਰੀਆਂ ਕਰਦਾ ਸਗੋਂ ਪਰਮੇਸ਼ਵਰ ਦੇ ਬਹੁਤਿਆਂ ਧੰਨਵਾਦਾਂ ਦੇ ਰਹੀ ਉਹ ਵਾਅਦਾ ਵੀ ਜਾਂਦਾ ਹੈ ਸੋ ਤੁਹਾਡਾ ਜਿਹੜਾ ਬੀਜਣਾ ਆ ਉਹ ਤੁਹਾਡੀ ਬਰਕਤ ਦਾ ਜਿਹੜਾ ਵਾਅਦਾ ਆ ਵਾਅਦਾ ਆ ਉਹਦੇ ਵਿੱਚ ਵਸੀਲਾ ਬਣਦਾ ਤੁਹਾਡੀ ਬਰਕਤ ਦਾ ਤੁਹਾਡਾ ਜਿਹੜਾ ਬੀਜਣਾ ਆ ਅਰ ਜੇ ਆਪਾਂ 올ਡ ਟੈਸਟਾਮੈਂਟ ਨੂੰ ਟੱਚ ਕੀਤੇ ਦੇ ਬਿਨਾ ਭਾ ਕਿੱਦਾਂ ਰਹਿ ਸਕਦੇ ਆ ਸੋ ਕਮਨਸੀ ਆਪਾਂ ਦੇਖੀਏ ਪਹਿਲਾ ਇਤਿਹਾਸ ਫਰਸਟ ਕ੍ਰੋਨਿਕਲਸ ਉਹਦਾ ਆਪਾਂ ਦੇਖ ਲੈਂਦੇ 29th ਚੈਪਟਰ ਉਨਾ 3 ਨੰਬਰ ਦੇ ਆਏ ਤੇ ਉਹਦੀ 12 ਤੋਂ 14 ਨੰਬਰ ਦੋ ਪੰਕਤੀਆਂ ਆਪਾਂ ਦੇਖ ਲੈਣੇ ਲਾਸਟ ਦੇ ਵਿੱਚ ਤੁਰੇ-ਤੁਰੇ ਜਾਂਦੇ ਆ ਤਾਂ ਇੱਥੇ ਲਿਖਿਆ ਆ ਅਰ ਤਨ ਮਾਇਆ ਨਾਲੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਰ ਤੂੰ ਸਭਨਾਂ ਦੇ ਸਿਰ ਉੱਤੇ ਰਾਜ ਕਰਦਾ ਹੈ ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ ਅਰ ਤੇਰੇ ਅਧੀਨ ਹੈ ਜੋ ਵਿਢਾਈ ਅਰ ਤੇਰੇ ਅਧੀਨ ਹੈ ਜੋ ਵਿਢਾਈ ਅਤੇ ਬਲ ਸਭਨਾਂ ਨੂੰ ਬਖਸ਼ੇ ਹੁਣ ਇਸ ਲਈ हे ਸਾਡੇ ਪਰਮੇਸ਼ਵਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮਹਿਮਾ ਕਰਦੇ ਹਾਂ ਪਰ ਮੈਂ ਕੌਣ ਅਰ ਮੇਰੀ ਪਰਜਾ ਕੌਣ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾ ਚੜਾਉਣ ਦੀ ਸ਼ਕਤੀ ਰੱਖੀਏ ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਆਉਂਦੀਆਂ ਹਨ ਅਰ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ ਹਾਲੇਲੂਇਆ ਸੋ ਇੱਥੇ ਦਾਉਦ ਪਾਸ਼ਾ ਜਿਹੜਾ ਆ ਉਹ ਯਹੋਵਾ ਪਰਮੇਸ਼ਵਰ ਦੇ ਅੱਗੇ ਧੰਨਵਾਦ ਕਰ ਰਿਹਾ ਆ ਔਰ ਕਿੰਨੇ ਨਾਈਸ ਵਰਡਸ ਦੇ ਨਾਲ ਉਹ ਪਰਮੇਸ਼ਵਰ ਦਾ ਧੰਨਵਾਦ ਕਰ ਰਿਹਾ ਆ ਕਹਿੰਦਾ ਪ੍ਰਭੂ ਇਹ ਸਭ ਇੱਜ਼ਤ ਇਹ ਇੱਜ਼ਤ ਪਤ ਸ਼ੌਹਰਤ ਬਾਲ ਰੁਤਬਾ ਅਹੁਦਾ ਈਚ ਐਂਡ ఎవਰੀਥਿੰਗ ਪ੍ਰਭੂ ਤੇਰੇ ਹੀ ਕੋਲ ਆ ਤੇਰੇ ਹੀ ਵੱਲੋਂ ਆ ਤੇਰੀ ਹੀ ਮਹਿਮਾ ਆ ਤੂੰ ਸਭ ਤੋਂ ਉੱਚਮ ਉੱਤਮ ਆ ਅਰ ਜੇ ਤੁਸੀਂ 11 ਦੇ ਲਾਸਟ ਵਿੱਚ ਦੇਖੋ ਤੇ ਇੱਥੇ ਲਿਖਿਆ ਹੈ ਇਹ ਯਹੋਵਾ ਰਾਜ ਤੇਰਾ ਹੀ ਆ ਤੂੰ ਸਭਨਾਂ ਦੇ ਸਿਰ ਉੱਤੇ ਅਤ ਉੱਚੇ ਤੋਂ ਉੱਚਾ ਹੈ ਹallelujah ਸਭਨਾਂ ਤੋਂ ਉੱਚਾ ਆ ਕਹਿੰਦਾ ਹੈ ਪਰਮੇਸ਼ਵਰ ਤੂੰ ਅਰ ਕਹਿੰਦਾ ਧਨ ਅਰ ਧੰਨ ਮਾਇਆ ਨਾਲੇ ਪਤ ਤੇਰੇ ਵੱਲੋਂ ਆ ਜੋ ਇੱਜ਼ਤ ਸ਼ੋਹਰਤ ਜੋ ਦੌਲਤ ਜੋ ਵੀ ਕੁਝ ਆ ਇਹ ਪ੍ਰਭੂ ਇਹ ਸਭ ਕੁਝ ਤੇਰੇ ਵੱਲੋਂ ਹੀ ਆ ਕਹਿੰਦਾ ਤੇਰੇ ਹੱਥ ਵਿੱਚ ਸ਼ਕਤੀ ਤੇ ਬਾਲਿਆ ਸੋ ਕਹਿੰਦਾ ਕਿ ਜੋ ਤੂੰ ਆਪਣੀ ਵੜਿਆਈ ਲਈ ਇਹ ਸਾਰਿਆਂ ਨੂੰ ਬਖਸ਼ੇ ਤਾਂ ਕਹਿੰਦਾ ਅਸੀਂ ਤੇਰਾ ਧੰਨਵਾਦ ਕਰਦੇ ਆ ਤੇਰੇ ਪ੍ਰਤਾਪ ਵਾਲੇ ਨਾਮ ਦਾ ਵੀ ਧੰਨਵਾਦ ਕਰਦੇ ਆ ਕਿ ਪ੍ਰਭੂ ਤੁਸੀਂ ਸਾਨੂੰ ਜੋ ਦਿੱਤਾ ਹੈ ਸਭ ਤੁਸੀਂ ਦਿੱਤਾ ਕਹਿੰਦਾ ਮੈਂ ਕੌਣ ਆ ਕਿ ਮੈਂ ਤੈਨੂੰ ਕੁਝ ਦੇਵਾਂ ਮਨੁੱਖ ਕੌਣ ਆ ਕਿ ਪਰਮੇਸ਼ਰ ਨੂੰ ਕੁਝ ਦੇ ਅੱਜ ਵੀ ਬਹੁਤ ਸਾਰੇ ਲੋਕ ਇਹ ਇਹ ਗੱਲ ਕਹਿੰਦੇ ਕਹਿੰਦੇ ਸਾਡੇ ਦਿੱਤੇ ਨਾਲ ਪਰਮੇਸ਼ਰ ਦੀ ਕੀ ਜ਼ਰੂਰਤ ਪੂਰੀ ਹੋ ਸਕਦੀ ਪਰਮੇਸ਼ਵਰ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਬਿਲਕੁਲ ਤੁਸੀਂ ਸਹੀ ਕਹਿੰਦੇ ਆ ਪਰ ਉਹ ਇਹ ਸੋਚ ਕੇ ਕੁਝ ਵੀ ਨਹੀਂ ਦਿੰਦੇ ਕਿਉਂਕਿ ਸਭ ਕੁਝ ਤਾਂ ਪਰਮੇਸ਼ਵਰ ਸਾਨੂੰ ਦੇ ਰਿਹਾ ਸਾਨੂੰ ਕੀ ਜ਼ਰੂਰਤ ਕਿ ਅਸੀਂ ਪਰਮੇਸ਼ਵਰ ਨੂੰ ਦੇਈਏ ਪਰ ਇੱਥੇ ਰਾਜਾ ਦਾਊਦ ਕੀ ਕਹਿੰਦਾ ਆ ਕਹਿੰਦਾ ਕਹਿੰਦਾ ਮੈਂ ਕੌਣ ਆਰ ਮੇਰੀ ਪਰਜਾ ਕੌਣ ਜੋ ਅਸੀਂ ਸ਼ਕਤੀ ਰੱਖੀ ਜੋ ਅਸੀਂ ਇਸ ਪ੍ਰਕਾਰ ਮੰਨਦੇ ਪ੍ਰੇਮ ਨਾਲ ਭੇਟਾ ਚੜਾਉਣ ਦੀ ਸ਼ਕਤੀ ਰੱਖੀਏ ਕਹਿੰਦਾ ਅਸੀਂ ਕੌਣ ਆ ਕਿ ਅਸੀਂ ਇੰਨਾ ਬਾਲ ਰੱਖੀਏ ਕਿ ਅਸੀਂ ਤੈਨੂੰ ਕੁਛ ਚੜਾਈਏ ਕਹਿੰਦਾ ਸਾਰੀਆਂ ਵਸਤਾਂ ਤੇਰੇ ਵੱਲੋਂ ਆਉਂਦੀਆਂ ਔਰ ਤੇਰੇ ਹੱਥ ਦੀ ਦਾਤ ਚੋਂ ਅਸਾਂ ਤੈਨੂੰ ਦਿੱਤਾ ਹੈ ਕਹਿੰਦਾ हे ਪ੍ਰਭੂ ਅਸੀਂ ਤੁਹਾਡੇ ਹੱਥ ਦੀ ਦਾਤ ਦੇ ਵਿੱਚੋਂ ਤੁਹਾਨੂੰ ਦਿੱਤਾ ਆ ਜੋ ਤੁਸੀਂ ਸਾਨੂੰ ਦਿੱਤਾ ਉਹਦੇ ਵਿੱਚੋਂ ਹੀ ਪ੍ਰਭੂ ਅਸੀਂ ਤੁਹਾਡੇ ਅੱਗੇ ਭੇਟਾ ਲੈ ਕੇ ਆਏ ਆ ਉਹਦੇ ਅੱਗੋਂ ਹੀ ਉਹਦੇ ਵਿੱਚੋਂ ਹੀ ਅਸੀਂ ਤੁਹਾਡੇ ਅੱਗੇ ਨਜ਼ਰਾਨੇ ਲੈ ਕੇ ਆਏ ਆ हे ਪਿਤਾ ਪਰਮੇਸ਼ਵਰ ਇਹਨਾਂ ਨੂੰ ਕਬੂਲ ਕਰੋ ਸੋ ਹਾਲੇਲੂਇਆ ਮੈਂ ਵੀ ਇਹੀ ਪ੍ਰਾਰਥਨਾ ਕਰਦੀ ਆ ਕਿ ਪ੍ਰਭੂ ਅੱਜ ਤੁਹਾਡੇ ਵਚਨ ਦੇ ਵਿੱਚੋਂ ਤੁਹਾਡੀ ਹੀ ਪਰਜਾ ਪ੍ਰਭੂ ਜਿਨ੍ਹਾਂ ਨੂੰ ਤੁਸੀਂ ਆਪਣੇ ਹੱਥਾਂ ਨਾਲ ਸਾਜਿਆ ਔਰ ਪ੍ਰਭੂ ਆਪਣੇ ਵਚਨ ਦੇ ਨਾਲ ਆਪਣੇ ਮਨ ਦੇ ਨਾਲ ਤੁਸੀਂ ਇਹਨਾਂ ਨੂੰ ਚੁਣਿਆ ਪ੍ਰਭੂ ਅੱਜ ਤੁਹਾਡਾ ਹੀ ਵਚਨ ਤੁਹਾਡੇ ਹੀ ਲੋਕਾਂ ਨਾਲ ਗੱਲ ਕਰ ਰਿਹਾ ਔਰ ਪ੍ਰਭੂ ਤੁਸੀਂ ਇਹਨਾਂ ਨੂੰ ਬਰਕਤ ਦੇਣਾ ਚਾਹੁੰਦੇ ਆ ਤੇ ਅੱਜ ਮੈਂ ਪ੍ਰਾਰਥਨਾ ਕਰਦੀ ਆ ਇਹਨਾਂ ਦੇ ਦਿਲਾਂ ਦੀ ਸਖਤ ਧਰਤੀ ਨਰਮ ਹੋਏ ਅੱਜ ਦਾ ਬਚਨ ਇਹਨਾਂ ਦੇ ਦਿਲਾਂ ਦੀ ਧਰਤੀ ਦੇ ਅੰਦਰ ਜੜ੍ਹ ਫੜੇ ਪ੍ਰਭੂ ਇਹ ਬਹੁਤਾਇਤ ਦੇ ਨਾਲ ਦੇਣ ਵਾਲੇ ਹੋਣ ਖੁੱਲ੍ਹ ਦਿਲੀ ਦੇ ਨਾਲ ਦੇਣ ਵਾਲੇ ਹੋਣ ਅੱਜ ਇਹਨਾਂ ਦੇ ਰੁਕੇ ਹੋਏ ਕੰਮ ਬਣਨ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਰੁਕੀਆਂ ਹੋਈਆਂ ਬਰਕਤਾਂ ਆਉਣੀਆਂ ਸ਼ੁਰੂ ਹੋਣ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਦੇ ਘਰਾਂ ਦੇ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜਾ ਨਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਦੀ ਹਰ ਜ਼ਰੂਰਤ ਪੂਰੀ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਦੇ ਬਾਲ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰ ਪਾਣੀ ਦੇ ਉੱਤੇ ਆਸ਼ੀਸ਼ ਆਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਮੇਰੇ ਪ੍ਰਭੂ ਇਹਨਾਂ ਨੂੰ ਬਿਮਾਰੀਆਂ ਤੋਂ ਕਰਜ਼ਿਆਂ ਤੋਂ ਮੁਕਦਮਿਆਂ ਤੋਂ ਸ਼ੈਤਾਨ ਦੀਆਂ ਸ਼ਕਤੀਆਂ ਤੋਂ ਆਜ਼ਾਦ ਕਰੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਪ੍ਰਭੂ ਜਦੋਂ ਇਹ ਦੇਣਾ ਸਿੱਖਣ ਤਾਂ ਪ੍ਰਭੂ ਜਦੋਂ ਉਹਦੇ ਅਜ਼ਰ ਵਿੱਚ ਤੁਸੀਂ ਇਹਨਾਂ ਨੂੰ 1000 ਟਾਈਮ ਬles ਕਰੋ ਤਾਂ ਪ੍ਰਭੂ ਇਹ ਸਮਝਣ ਕਿ ਸੱਚਮੁੱਚ ਇਹ ਪਰਮੇਸ਼ਵਰ ਦਾ ਹੁਕਮ ਹੈ ਔਰ ਪਰਮੇਸ਼ਵਰ ਆਪਣੇ ਹੁਕਮਾਂ ਦੇ ਉੱਤੇ ਬਰਕਤ ਪਾਉਣ ਵਾਲਾ ਪਰਮੇਸ਼ਵਰ ਹੈ हे मेरे पिता हे मेरे परमेश्वर सचमुच तन माया दौलत औदा रुतबा पत् सब ਤੁਹਾਡੇ ਵੱਲੋਂ ਆ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਬਖਸ਼ਿਆ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਮੇਰੇ ਪ੍ਰਭੂ ਤੁਸੀਂ ਸਾਨੂੰ ਇਸ ਯੋਗ ਬਣਾਇਆ ਕਿ ਤੁਹਾਡੇ ਧੀਆਂ ਪੁੱਤਰ ਮੇਰੇ ਪ੍ਰਭੂ ਤੁਹਾਡੀ ਇਸ ਬੇਟੀ ਦੀ ਆਵਾਜ਼ ਨੂੰ ਸੁਣਨ ਤੁਹਾਡੇ ਬੇਟੇ ਦੀ ਆਵਾਜ਼ ਨੂੰ ਸੁਣਨ ਮੇਰੇ ਪ੍ਰਭੂ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਭੂ ਤੁਸੀਂ ਇਹ ਜ਼ਰੀਆ ਸਾਡੇ ਲਈ ਚੁਣਿਆ ਮੇਰੇ ਪ੍ਰਭੂ ਜਿਸ ਰਾਹੀਂ ਅਸੀਂ ਤੁਹਾਡੀ ਪਰਜਾ ਦੇ ਨਾਲ ਗੱਲ ਕਰ ਸਕੀਏ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ वचन ਉੱਨਤਕ ਲੈ ਕੇ ਜਾਈਏ ਹਰ ਪ੍ਰਭੂ ਮੈਂ ਪ੍ਰਾਰਥਨਾ ਕਰਦੀਆਂ ਅੱਜ ਦਾ ਇਹ ਵਚਨ ਜਿਹੜਾ ਪਾਕ ਰੂਹ ਦੇ ਦੁਆਰਾ ਆ ਪ੍ਰਭੂ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕਰੇ ਅੱਜ ਇਹਨਾਂ ਦੇ ਜੀਵਨ ਤਬਦੀਲ ਹੋਣ ਇਹਨਾਂ ਦੀਆਂ ਸੋਚਾਂ ਤਬਦੀਲ ਹੋਣ ਇਹਨਾਂ ਦੇ ਮਨ ਦੇ ਸਾਰੇ ਸ਼ੱਕ ਸ਼ਿਕਵੇ ਤੇ ਭਰਮ ਦੂਰ ਹੋਣ ਔਰ ਮੇਰੇ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਬਰਕਤ ਲੈਣ ਇਹ ਆਪ ਜੀ ਦੇ ਨਾਲ ਵਫਾਦਾਰ ਠਹਿਰਨ ਮੇਰੇ ਪਿਤਾ ਪਰਮੇਸ਼ਵਰ ਪ੍ਰਭੂ ਇਹਨਾਂ ਨੂੰ ਬles ਕਰੋ ਇਹਨਾਂ ਦੇ ਕਾਰੋਬਾਰ ਨੂੰ ਬles ਕਰੋ ਮਾਲ ਡੰਗਰ ਦੇ ਉੱਤੇ ਬਰਕਤ ਆਏ ਧੀਆਂ ਪੁੱਤਰਾਂ ਦੇ ਉੱਤੇ ਬਰਕਤ ਆਏ ਕਾਰੋਬਾਰ ਦੇ ਉੱਤੇ ਬਰਕਤ ਆਏ ਇਹਨਾਂ ਦੀ ਜੌਬ ਬles ਹੋਏ ਤੀਮੀ ਆਦਮੀ ਦੇ ਲੜਾਈਆਂ ਝਗੜੇ ਖਤਮ ਹੋਣ ਬਾਝਪੰਦਾ ਸਰਾਪ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਨਾਂ ਨੂੰ ਛੱਡ ਕੇ ਰੋਗ ਦਿਲ ਦੇ ਰੋਗ ਜਾਂਦੇ ਰਹਿਣ ਕਿਡਨੀਆਂ ਦੀ ਪ੍ਰੋਬਲਮ ਜਾਂਦੀ ਰਹਿ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਫਾਈਲਸ ਕਿਸੇ ਵੀ ਤਰ੍ਹਾਂ ਦੀ ਅਪਲਾਈ ਕੀਤੀਆਂ ਉਹ ਇੱਕ ਗੁੱਡ ਰਿਜ਼ਲਟ ਲੈ ਕੇ ਇਹਨਾਂ ਦੀ ਲਾਈਫ ਦੇ ਵਿੱਚ ਆਉਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਇਹਨਾਂ ਦੀਆਂ ਹੱਦਾਂ ਵਧਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਪ੍ਰਭੂ ਆਪਣੀ ਦਾਸੀ ਨੂੰ ਬles ਕਰੋ ਕਿ ਉਹ ਤੁਹਾਡੇ ਆਤਮਾ ਦੀ ਆਵਾਜ਼ ਨੂੰ ਸੁਣੇ ਔਰ ਦਿਨੋਂ ਦਿਨ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਆਤਮਾ ਦੀ ਆਵਾਜ਼ ਨੂੰ ਤੁਹਾਡੀ ਪਰਜਾ ਦੇ ਅੱਗੇ ਰੱਖੇ ਪ੍ਰਭੂ ਆਪਣੀ ਦਾਸੀ ਨੂੰ ਹਿੰਮਤ ਬਲ ਤੇ ਦਲੇਰੀ ਬਖਸ਼ਣਾ ਪ੍ਰਭੂ ਮੈਂ ਸੱਚਾਈ ਦੇ ਨਾਲ ਵਫਾਦਾਰੀ ਨਾਲ ਅਗਿਆਕਾਰੀ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚ ਹਲੀਮੀ ਤੇ ਨਰਮਾਈ ਦੇ ਨਾਲ ਚੱਲ ਸਕਾਂ ਮੇਰੇ ਪ੍ਰਭੂ ਅਰ ਤੁਹਾਡਾ ਆਤਮਾ ਤੁਹਾਡੀ ਦਾਸੀ ਦੇ ਨਾਲ ਗੱਲਾਂ ਕਰਦਾ ਰਹੇ ਤੁਹਾਡਾ ਆਤਮਾ ਦਾ ਅਨੁਗ੍ਰਹਿ ਤੁਹਾਡੀ ਦਾਸੀ ਦੇ ਉੱਤੇ ਬਣਿਆ ਰਹੇ ਤੁਹਾਡਾ ਮਸਾ ਤੁਹਾਡੀ ਦਾਸੀ ਦੇ ਉੱਤੇ ਨਜ਼ਰ ਆਏ ਮੇਰੇ ਖੁਦਾਵੰਦ ਖੁਦਾ ਅਰ ਤੁਹਾਡਾ ਮਸਾ ਤੁਹਾਡੀ ਦਾਸੀ ਦੇ ਵਿੱਚੋਂ ਦੀ ਕੰਮ ਕਰੇ ਆਓ ਪ੍ਰਭੂ ਮੇਰੀ ਬੇਨਤੀ ਨੂੰ ਸੁਣੋ ਇਹ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਮ ਚ ਪਿਤਾ ਪਰਮੇਸ਼ਰ ਜੀ ਕੋਲੋਂ ਮੰਗਦੇ ਆ ਆਮੇਨ 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 ਗੋਡ ਬlesਸ ਯੂ ਆਲ ਪ੍ਰਭੂ ਤੁਹਾਨੂੰ ਵੱਡੀਆਂ ਵੱਡੀਆਂ ਬਰਕਤਾਂ ਦੇਣ ਪ੍ਰਭੂ ਤੁਹਾਨੂੰ ਇੰਨਾ ਬlesਸ ਕਰਨ ਕਿ ਮੈਂ ਕਹਿੰਦੀ ਪੂਰੀ YouTube ਤੁਹਾਡੀ ਟੈਸਟੀਮਨੀਜ਼ ਨਾਲ ਭਰ ਜਾਏ ਤੁਹਾਡੀਆਂ ਟੈਸਟੀਮਨੀਜ਼ ਇੰਨੀਆਂ ਜਬਰਦਸਤ ਹੋਣ ਕਿ ਪੂਰੇ ਸੰਸਾਰ ਪਰਦੇ ਵਿੱਚੋਂ ਵਾਇਰਲ ਹੋ ਜਾਣ ਔਰ ਇਹ ਤੁਹਾਡੇ ਦੇਣ ਦੇ ਨਾਲ ਹੋਏਗਾ ਇਹ ਤੁਹਾਡੇ ਸੁਣਨ ਤੇ ਸਮਝਣ ਦੇ ਨਾਲ ਹੋਏਗਾ ਇਹ ਪਰਮੇਸ਼ਵਰ ਦੇ ਬਚਨ ਦੀ ਆਗਿਆਕਾਰੀ ਕਰਨ ਦੇ ਨਾਲ ਹੋਏਗਾ ਇਹ ਮਨ ਫੇਰਉਣ ਤੇ ਤੌਬਾ ਕਰਨ ਦੇ ਦੁਆਰਾ ਹੋਏਗਾ ਔਰ ਇਹ ਜਦੋਂ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਦੇ ਅੱਗੇ ਨੀਵਾ ਕਰੋਗੇ ਇਹ ਉਦੋਂ ਹੋਏਗਾ ਸੋ ਪਰਮੇਸ਼ਵਰ ਤੁਹਾਨੂੰ ਬਹੁਤ ਬles ਕਰਨ ਅੱਜ ਦਾ ਦਿਨ ਮੁਬਾਰਕ ਹੋਏ ਸਾਰਾ ਦਿਨ ਤੁਸੀਂ ਖੁਸ਼ੀ ਦੇ ਨਾਲ ਪਰੇਰੋ ਸ਼ਾਂਤੀ ਦੇ ਨਾਲ ਪਰੇਰੋ ਜਿੱਧਰ ਨੂੰ ਜਾਓ ਤੁਹਾਨੂੰ ਫਤਿਹ ਮਿਲੇ ਪ੍ਰਭੂ ਯਿਸੂ ਮਸੀਹ ਦਾ ਨਾਮ ਦਾ ਝੰਡਾ ਤੁਹਾਡੇ ਜੀਵਨ ਦੇ ਵਿੱਚ ਸਦਾ ਸਦਾ ਉੱਚਾ ਰਹੇ ਆਮੀਨ ਜੈਮਸੀ ਦੀ ਗੋਡ ਬlesਸ ਯੂ